ਵਿਜ਼ਨ ਪੰਜਾਬ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵਿੱਚ ਸਵਾਗਤ ਹੈ ਜੀ। ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਜੀ। ਪਹਿਲਾ ਦਿਨ ਰਸਮੀ ਸੈਸ਼ਨ ਹੀ ਹੁੰਦਾ ਕਿਉਂਕਿ ਅੱਜ ਦੇ ਦਿਨ ਸਿਰਫ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਅਤੇ ਸਿਰਫ ਇੱਕ ਦੋ ਦਿਨ ਚਿਹਰੇ ਦੇਖੇ ਗਏ ਅਤੇ ਇਹ ਵੀ ਦੇਖਿਆ ਗਿਆ ਕਿ ਕੌਣ ਆਇਆ ਕੌਣ ਨਹੀਂ ਆਇਆ। ਅਸਲ ਦੇ ਵਿੱਚ ਸੈਸ਼ਨ ਸੋਮ ਮੰਗਲਵਾਰ ਚੱਲਣਾ ਅਤੇ ਉਸ ਦਿਨ ਮੁੱਦੇ ਵੀ ਪਖਣਗੇ, ਉਹਦੇ ਪਰ ਵੀ ਕੁਝ ਚਰਚਾ ਹੋਣੀ ਬਣਦੀ ਹੈ। ਪਰ ਚਰਚਾ ਉਨਾਵ ਦੀ ਵੀ ਹੋ ਰਹੀ ਹੈ, ਉਨਾਵ ਨਾਲ ਜਿਹੜਾ ਦੁਸ਼ਕਰਮ ਹੋਇਆ, ਜਿਹੜਾ ਉਹਦਾ ਬਲਾਤਕਾਰ ਦੀ ਘਟਨਾ ਸੀ, ਉਸ ਤੋਂ ਬਾਅਦ ਲਗਾਤਾਰ ਜਿਹੜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਗਈਆਂ ਸੜਕ ਹਾਦਸਿਆਂ ਦੇ ਰਾਹੀਂ, ਜਿਵੇਂ ਪਰਿਵਾਰਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼, ਮਾਰਨ ਦੀ ਕੋਸ਼ਿਸ਼, ਉਸ ਪੀੜਤ ਦੀ ਜਾਨ ਬਚ ਗਈ ਪਰ ਉਹਦੇ ਪਰਿਵਾਰਕ ਮੈਂਬਰ ਮਾਰੇ ਗਏ, ਅਤੇ ਕਿਤੇ ਨਾਲ ਕਿਤੇ ਇਹ ਕੜੀ ਜਿਹੜੀ ਹੈ ਉਹ ਸੱਤਾ ਨਾਲ ਜੁੜਦੀ ਨਜ਼ਰ ਆਈ। ਫਿਰ ਇਹਦੇ ਵਿੱਚ ਸੁਪਰੀਮ ਕੋਰਟ ਸਾਹਮਣੇ ਆਉਂਦੀ ਹੈ, ਉਹ ਵੱਡੀ ਹਦਾਇਤ ਕਰਦੀ ਹੈ ਕਿ ਬਿਲਕੁਲ ਇਹ ਸਾਰੇ ਮਾਮਲੇ ਤਬਦੀਲ ਕੀਤੇ ਜਾਣ, ਦਿੱਲੀ ਇੱਕੋ ਥਾਂ ਇਕੱਠੇ ਕੀਤੇ ਜਾਣ। ਪੰਜ ਮਾਮਲੇ ਨੇ, ਇਹ ਪੰਜੇ ਮਾਮਲਿਆਂ ਨੂੰ ਹੁਣ ਦਿੱਲੀ ਤਬਦੀਲ ਕਰ ਲਿਆ ਗਿਆ। ਬਹੁਤ ਵੱਡਾ ਮਸਲਾ ਬਣਦਾ ਜਾ ਰਿਹਾ ਜਿਹਦੇ ਵਿੱਚ ਸੱਤਾਧਾਰੀ ਧਿਰ ਵੀ ਕਰਦੀ ਨਜ਼ਰ ਆ ਰਹੀ ਹੈ, ਕਿਤੇ ਨਾ ਕਿਤੇ ਉਹ ਗੁਨਾਹਗਾਰਾਂ ਦੀ ਪਿੱਠ 'ਤੇ ਖਲੋ ਰਹੀ ਹੈ। ਅਤੇ ਇਸ ਦੇ ਨਾਲ ਨਾਲ ਹੋਰ ਜਿਹੜੇ ਮਸਲੇ ਨੇ, ਚਾਹੇ ਉਹ ਜਿਹੜੀ ਨਵਾਂ ਕਾਨੂੰਨ ਲਿਆਉਣ ਦੀ ਤਜਵੀਜ਼ ਹੈ, ਉਹਦੇ ਵਿੱਚੋਂ ਜਿਹੜਾ ਲੇਬਰ ਨੂੰ ਧੱਕਾਸ਼ਾਹੀ ਕਰਨ ਦੀ ਕੋਸ਼ਿਸ਼ ਹੈ, ਸੂਚਨਾ ਅਧਿਕਾਰ ਹਟਾਉਣ ਦੀ ਕੋਸ਼ਿਸ਼ ਹੈ, ਉਸ ਦੇ ਨਾਲ ਨਾਲ ਪੱਤਰਕਾਰ ਭਾਈਚਾਰੇ ਲਈ ਜਿਹੜੀਆਂ ਵੱਡੀਆਂ ਮੁਸੀਬਤਾਂ ਖੜੀ ਕਰ ਰਹੀ ਹੈ ਸਰਕਾਰ, ਉਹ ਸਾਰੇ ਮਸਲੇ, ਉਹ ਬਿੱਲ ਧੜਾਧੜ ਜਿਵੇਂ ਪਾਸ ਕਰਾਏ ਜਾ ਰਹੇ, ਉਹ ਵੀ ਚਰਚਾ ਦਾ ਮੁੱਦਾ। ਅਤੇ ਇਹਨਾਂ ਸਾਰੇ ਵਿਸ਼ਿਆਂ 'ਤੇ ਮਾਹਰ ਮਹਿਮਾਨ ਸਾਡੇ ਨਾਲ ਨੇ, ਜੈ ਸਿੰਘ ਛਿੱਬੜ ਜੀ। ਛਿੱਬੜ ਜੀ, ਸਵਾਗਤ ਹੈ ਤੁਹਾਡਾ। ਸਭ ਤੋਂ ਪਹਿਲਾਂ ਇੱਕੋ ਘਟਨਾ ਜਿਹੜੀ ਇੰਨੇ ਸਾਲ ਪਹਿਲਾਂ ਵਾਪਰਦੀ ਹੈ, ਅਤੇ ਉਸ ਤੋਂ ਬਾਅਦ ਉਹ ਪਰਿਵਾਰ ਜਦੋਂ ਕੋਰਟ 'ਚ ਪਹੁੰਚਦਾ, ਉਹਨਾਂ ਨਾਲ ਦਰ ਬਦਰ ਧੱਕੇਸ਼ਾਹੀ, ਮਤਲਬ ਕਿ ਰਾਜਸ਼ਾਹੀ ਦਾ, ਚਾਹੇ ਕਹਿ ਲਈਏ ਸੱਤਾਧਾਰੀ ਧਿਰ ਦਾ ਜਿਹੜਾ ਦਬਦਬਾ ਦਿਖਾ ਕੇ ਉਹਨਾਂ 'ਤੇ ਹਮਲੇ ਕੀਤੇ ਜਾਂਦੇ ਨੇ। ਚਾਰ ਮਾਮਲੇ ਚੱਲ ਰਹੇ ਸੀ, ਪੰਜਵਾਂ ਇੱਕ ਹੋਰ ਐਕਸੀਡੈਂਟ ਵਾਲਾ ਮਾਮਲਾ ਨਾਲ ਜੁੜ ਗਿਆ, ਤੁਸੀਂ ਕਿਵੇਂ ਦੇਖ ਲਿਓ ਸਾਰਾ ਮਾਮਲਾ ਕੀ ਹੈ ਪਹਿਲਾਂ? ਦੀਪਕ ਜੀ, ਦੇਖੋ ਜਿਹੜੀ ਇਹ ਘਟਨਾ ਹੁਣ ਸਾਹਮਣੇ ਆਈ ਆ, ਇਹ ਆਪਣੇ ਦੇਸ਼ ਦੀ ਜਾਂ ਕਿਸੇ ਸੂਬੇ ਦੀ ਪਹਿਲੀ ਘਟਨਾ ਤਾਂ ਹੈ ਨਹੀਂ। ਮਤਲਬ ਜਿਹੜੇ ਵੱਡੇ ਲੋਕ ਨੇ, ਰਜਵਾੜਾ ਸ਼ਾਹੀ ਨੇ, ਜਾਂ ਸਿਆਸਤ ਵਿੱਚ ਵੱਡੀ ਪਹੁੰਚ ਰੱਖਦੇ ਨੇ, ਤਾਕਤਵਰ ਲੋਕ ਨੇ, ਜ਼ੋਰਾਵਰ ਲੋਕ ਨੇ, ਉਹ ਮਤਲਬ ਅਜਿਹੀਆਂ ਕਾਲੀਆਂ ਕਰਤੂਤਾਂ ਕਰਦੇ ਨੇ, ਮਤਲਬ ਚੰਗੇ ਹੋਣ ਦੀ ਗੱਲ ਕਰਦੇ ਨੇ, ਦੁੱਧ ਚਿੱਟੇ ਹੋਣ ਦੀ ਗੱਲ ਕਰਦੇ ਨੇ, ਪਰ ਜਿਹੜੇ ਉਹਨਾਂ ਦੇ ਕਾਰਨਾਮੇ ਨੇ ਉਹ ਕਾਲੇ ਨੇ। ਅਤੇ ਇਹ ਜਿਹੜੀ ਘਟਨਾ ਇੱਕ ਰਾਜਸੀ ਆਗੂ ਨਾਲ ਜੁੜੀ ਆ, ਇਹ ਵੀ ਬਹੁਤ ਮੰਦੀ ਅਤੇ ਘਿਨਾਉਣੀ ਹਰਕਤ ਕੀਤੀ। ਅਤੇ ਉਹ ਤੋਂ ਬਾਅਦ ਜਦੋਂ ਪੀੜਤ ਪਰਿਵਾਰ ਨਿਆਂ ਲੈਣ ਵਾਸਤੇ ਇੱਕ ਕਚਹਿਰੀ 'ਚ ਜਾ ਰਿਹਾ, ਤਾਂ ਉੱਥੇ ਜਿਹੜਾ ਉਹਦਾ ਵਕੀਲ ਆ ਉਹਨੂੰ ਵੀ ਧਮਕੀਆਂ ਮਿਲਦੀਆਂ, ਅਤੇ ਪਰਿਵਾਰ ਨੂੰ ਵੀ ਲੰਬਾ ਸਮਾਂ ਧਮਕੀਆਂ ਮਿਲਦੀਆਂ ਰਹਿੰਦੀਆਂ। ਪਰ ਉਹਨਾਂ ਨੂੰ ਸਾਡਾ ਸਲਾਮ ਆ, ਸਲੂਟ ਆ, ਵੀ ਉਹਨਾਂ ਨੇ ਹੌਸਲਾ ਨਹੀਂ ਛੱਡਿਆ। ਤੰਗੀਆਂ, ਤੁਰਸ਼ੀਆਂ, ਗਰੀਬੀਆਂ, ਧੱਕੇਸ਼ਾਹੀਆਂ, ਉਹਦੇ ਬਾਵਜੂਦ ਉਹਨਾਂ ਨੇ ਆਪਣੀ ਕਾਨੂੰਨੀ ਲੜਾਈ ਲੜਨ ਦਾ ਜੰਗ ਜਾਰੀ ਰੱਖਿਆ। ਦੇਖੋ ਦੁੱਖ ਦੀ ਗੱਲ ਆ, ਜਿਸ ਦਿਨ ਉਹ ਪਰਿਵਾਰ ਆ ਜਿਹੜਾ ਤਰੀਕ ਭੁਗਤਣ ਵਾਸਤੇ ਆ ਰਿਹਾ ਸੀਗਾ, ਤਾਂ ਉਹੀ ਜਿਹੜੀਆਂ ਗਿਣੀਆਂ ਮਿਣੀਆਂ ਹੁੰਦੀਆਂ ਵੀ ਜੇਲ੍ਹਾਂ 'ਚ ਬੈਠ ਕੇ ਜਾਂ ਬਾਹਰ ਬੈਠ ਕੇ ਸੁਪਾਰੀ ਦਿੱਤੀ ਜਾਂਦੀ ਆ, ਗੈਂਗਸਟਰ ਰਾਹੀਂ ਮਰਵਾਇਆ ਜਾਂਦਾ, ਜਾਂ ਆਪਾਂ ਕਈ ਵਾਰੀ ਫਿਲਮਾਂ 'ਚ ਹੀ ਦੇਖਦੇ ਹਾਂ ਇੱਕ ਟਰੱਕ ਦੇ ਰਾਹੀਂ ਇਹ ਹਾਦਸਾ ਕਰਵਾਇਆ ਗਿਆ। ਅਤੇ ਉਸ ਹਾਦਸੇ ਦੇ ਵਿੱਚ ਦੋ ਤਿੰਨ ਜੀ ਆ ਜਿਹੜੇ ਉਹਨਾਂ ਦੀ ਬਿਲਕੁਲ ਮੌਤ ਹੋ ਜਾਂਦੀ ਆ, ਇੱਥੋਂ ਪੀੜਤ ਲੜਕੀ ਬਹੁਤ ਗੰਭੀਰ, ਪੀੜਤ ਲੜਕੀ ਗੰਭੀਰ ਆ, ਅਤੇ ਉਹਦਾ ਜਿਹੜਾ ਵਕੀਲ ਆ ਉਹ ਵੀ ਗੰਭੀਰ ਆ। ਤਾਂ ਉਹ ਮਤਲਬ ਅਜਿਹੀ ਘਟਨਾ ਜਦੋਂ ਸੋਸ਼ਲ ਮੀਡੀਆ ਪਰ ਆਉਂਦੀ ਆ ਤਾਂ ਸਾਰੇ ਦੇਸ਼ ਦੇ ਵਿੱਚ ਹਲਾ ਲਲਾ ਹੋ ਜਾਂਦੀ ਆ। ਅਤੇ ਮੈਨੂੰ ਇਹ ਲੱਗਦਾ ਵੀ ਜੇ ਸੋਸ਼ਲ ਮੀਡੀਆ ਨਾ ਹੁੰਦਾ ਦੀਪਕ ਜੀ, ਇਹ ਮਸਲਾ ਗੱਲਾਂ ਸਾਹਮਣੇ ਵੀ ਨਹੀਂ ਆਉਣੀਆਂ, ਗੱਲਾਂ ਸਾਹਮਣੇ ਵੀ ਨਹੀਂ ਆਉਣੀਆਂ, ਤਾਂ ਇਹ ਕੋਰਟ ਨੇ ਸਵੈ ਨੋਟਿਸ ਵੀ ਨਹੀਂ ਲੈਣੇ ਸੀ। ਇਹ ਇੱਕ ਜਿਵੇਂ ਆਪਾਂ ਆਉਂਦੇ ਦੇਖਦੇ ਆ ਵੀ ਖਬਰ ਇੱਕ ਇੰਨੀ ਕੁ ਬਣਨੀ ਸੀ ਵੀ ਫਲਾਣੀ ਜਗ੍ਹਾ ਸੜਕ ਕਾਰ ਦਾ ਸੜਕ ਹਾਦਸਾ, ਇੰਨੇ ਲੋਕ ਮੌਤ, ਕੜੀ ਨਹੀਂ ਲੱਭਣੀ ਸੀ ਕਿਸੇ ਨੇ ਕਿ ਕੜੀ ਕੀ ਹੈ, ਹਾਂ ਵੀ ਇੰਨੇ ਜ਼ਖਮੀ, ਉਹ ਇੰਨੇ ਕੁ ਖਬਰ ਲਾ ਕੇ ਇੱਕ ਅਖਬਾਰ ਦੇ ਇੱਕ ਕਿਸੇ ਛੋਟੇ ਜਿਹੇ ਕਾਲਮ ਦੇ ਵਿੱਚ ਲਾ ਕੇ ਉਹ ਖਬਰ ਦੇ ਮਸਲਾ ਖਤਮ ਹੋ ਜਾਣਾ। ਪਰ
ਕਿਵੇਂ ਖਬਰ ਸੋਸ਼ਲ ਮੀਡੀਆ 'ਤੇ ਫੈਲੀ ਜੰਗਲ ਦੀ ਅੱਗ ਵਾਂਗ ਅਤੇ ਪੂਰੀ ਫਲੋਪ ਹੋ ਗਈ ਅਤੇ ਸੁਪਰੀਮ ਕੋਰਟ ਨੂੰ ਇਹਦਾ ਨੋਟਿਸ ਲੈਣਾ ਪਿਆ। ਅਤੇ ਦੀਪਕ ਜੀ, ਇੱਕ ਮੈਂ ਅੱਜ ਜਦੋਂ ਪੜ੍ਹ ਰਿਹਾ ਸੀਗਾ, ਜਿਹੜਾ ਇਹਨਾਂ ਵਕੀਲ ਸੀਗਾ ਉਹਨੇ ਪਿਛਲੇ ਸਾਲ ਆਪਣਾ ਖੁਦ ਉਹਨੂੰ ਜਦੋਂ ਤੱਕ ਧਮਕੀਆਂ ਮਿਲਦੀਆਂ ਤੀਆਂ ਉਹਨੇ ਆਪਣਾ ਵਾਈਪਨ ਦਾ ਲਾਇਸੈਂਸ ਲਿਆ, ਮਤਲਬ ਅਪਲਾਈ ਕੀਤਾ ਸੀਗਾ, ਤੇ ਹੁਣ ਤੱਕ ਵੀ ਉਹਨੂੰ ਅਪਲਾਈ ਮਿਲਿਆ ਨਹੀਂ। ਤੇ ਪਿਛਲੇ ਹਫ਼ਤੇ ਉਹਨੇ ਫਿਰ ਆਪਣਾ ਉੱਥੋਂ ਦੇ ਜਿਹੜੇ ਜ਼ਿਲ੍ਹਾ ਮੈਜਿਸਟਰੇਟ ਆ ਉਹਨਾਂ ਨੂੰ ਫਿਰ ਲੈਟਰ ਲਿਖਿਆ ਵੀ ਮੈਨੂੰ ਧਮਕੀਆਂ ਮਿਲ ਰਹੀਆਂ ਵੀ ਜਿਹੜਾ ਮੇਰਾ ਲਾਇਸੈਂਸ ਆ ਉਹ ਮੈਨੂੰ ਜਲਦੀ ਦਿੱਤਾ ਜਾਵੇ, ਪਰ ਕੁਝ ਨਹੀਂ ਦਿੱਤਾ, ਕੁਝ ਨਹੀਂ ਹੋਇਆ। ਮਤਲਬ ਉੱਥੇ ਵੀ ਦਬਾਅ ਕਿਤੇ ਨਾ ਕਿਤੇ ਇਹ ਲੱਗ ਰਿਹਾ ਵੀ ਉੱਪਰ ਤੋਂ ਲੈ ਕੇ ਥੱਲੇ ਤੱਕ ਜਿਹੜਾ ਸਿਆਸੀ ਦਬਾਅ ਸੀਗਾ, ਜਾਂ ਜੇ ਸਿਆਸੀ ਦਬਾਅ ਨਹੀਂ ਤਾਂ ਕਿਹੜੇ ਹਾਲਤਾਂ ਦੇ ਵਿੱਚ ਉਹ ਜਿਹੜਾ ਜ਼ਿਲ੍ਹਾ ਮੈਜਿਸਟਰੇਟ ਆ ਉਹਨੇ ਉਹਨਾਂ ਨੂੰ ਲਾਇਸੈਂਸ ਆ ਜਿਹੜਾ ਸਕਿਉਰਟੀ ਦੇ ਤੌਰ ਤੇ ਕਿਉਂ ਨਹੀਂ ਜਾਰੀ ਕੀਤਾ, ਇਸ ਗੱਲ ਦੀ ਵੀ ਜਾਂਚ ਹੋਣੀ ਚਾਹੀਦੀ। ਹੁਣ ਜਿਹੜਾ ਸੁਪਰੀਮ ਕੋਰਟ ਨੇ ਮਤਲਬ ਡਿਸੀਜਨ ਦਿੱਤਾ ਸਵੈ ਨੋਟਿਸ ਲਿਆ ਵੀ ਉੱਥੇ ਦਾ ਜਿਹੜਾ ਕੇਸ ਆ ਕੇਸ ਨੂੰ ਟ੍ਰਾਂਸਫਰ ਕਰਤਾ ਦਿੱਲੀ, ਸਾਰੇ ਦੋਏ ਧਿਰਾਂ ਨੇ ਇੱਕ ਦੂਜੇ ਤੇ ਕੇਸ ਕੀਤੇ ਹੋਏ ਨੇ। ਅਸਲ 'ਚ ਇਹ ਵੀ ਇੱਕ ਕਹਾਣੀ ਹੈ ਕਿ ਦੂਜੇ ਧਿਰ ਨੇ ਵੀ ਇਹਨਾਂ 'ਤੇ ਕੇਸ ਕੀਤਾ, ਇਹਨਾਂ ਨੇ ਕੀਤਾ, ਚਾਰ ਕੇਸ ਇਹ ਚੱਲ ਰਹੇ ਨੇ ਆਪਸ 'ਚ, ਅਤੇ ਕੇਸ ਜਿਹੜੇ ਦਿੱਲੀ ਸ਼ਿਫਟ ਕਰਤੇ ਅਤੇ ਨਾਲ ਦੀ ਨਾਲ ਜਿਹੜਾ ਉਹ ਪੀੜਤ ਪਰਿਵਾਰ ਆ ਉਹਨੂੰ 25 ਲੱਖ ਕੰਪਨਸੇਸ਼ਨ ਦੀ ਗੱਲ ਦੇ ਦਿੱਤੀ, 25 ਲੱਖ ਰੁਪਇਆ ਉਹ ਉਹਨੂੰ ਮੁਆਵਜ਼ਾ ਦਿੱਤਾ ਜਾਵੇ। ਅਤੇ ਨਾਲ ਦੀ ਨਾਲ ਜਿਹੜਾ ਸੁਪਰੀਮ ਕੋਰਟ ਦਾ ਇੱਕ ਜਿਹੜਾ ਫੈਸਲਾ ਇਹ ਵਧੀਆ ਰਿਹਾ, ਜੋ ਮੈਨੂੰ ਲੱਗ ਰਿਹਾ ਵੀ ਉਹਨਾਂ ਨੇ ਕਿਹਾ ਵੀ ਇਹ ਡੇਲੀ ਇਹਦੀ ਸੁਣਵਾਈ ਕਰਨੀ ਆ, ਅਤੇ 45 ਡੇ ਮਤਲਬ 45 ਦਿਨਾਂ ਦੇ ਵਿੱਚ ਇਹ ਕੇਸ ਦਾ ਮਤਲਬ ਫੈਸਲਾ ਦੇਣਾ। ਮੈਂ ਥੋੜ੍ਹੇ ਧਿਆਨ 'ਚ ਹੋਰ ਗੱਲ ਦਰਸ਼ਕਾਂ ਨੂੰ ਲਿਆ ਦੇਵਾਂ ਕਿ ਜਦੋਂ ਇਹ ਮਾਮਲਾ ਅਦਾਲਤ 'ਚ ਸੁਪਰੀਮ ਕੋਰਟ ਦੇ ਧਿਆਨ 'ਚ ਆਇਆ ਤਾਂ ਸੁਪਰੀਮ ਕੋਰਟ ਨੇ ਪੁੱਛਿਆ ਅਧਿਕਾਰੀਆਂ ਨੂੰ ਕਿ ਕਿੰਨੀ ਦੇਰ 'ਚ ਤੁਸੀਂ ਸਾਰੀ ਘਟਨਾ ਦੀ ਜਾਂਚ ਕਰਕੇ ਸਾਹਮਣੇ ਲਿਆਓ। ਉਹ ਕਹਿੰਦੇ ਜੀ ਮਹੀਨਾ ਚਾਹੀਦਾ, ਜੱਜ ਸਾਹਿਬ ਕਹਿੰਦੇ ਨਾ 7 ਦਿਨ ਦਿੱਤੇ, 7 ਦਿਨਾਂ 'ਚ ਜਾਂਚ ਸਾਹਮਣੇ ਲਿਆਓ ਅਤੇ ਫਿਰ ਇਹ 45 ਦਿਨ ਦਾ ਹੋਇਆ ਕਿ 45 ਦਿਨਾਂ 'ਚ ਅਸੀਂ, ਬਹੁਤ ਵੱਡੀ ਗੱਲ ਹੈ। ਬਿਲਕੁਲ, ਇਹਦੇ ਨਾਲ ਹੀ ਫਿਰ ਜਿਹੜੇ ਬਾਕੀ ਪਰਿਵਾਰ ਆ ਜਾਂ ਜਿਹੜਾ ਵਕੀਲ ਦਾ ਪਰਿਵਾਰ ਆ ਉਹਦੇ ਨੂੰ ਵੀ ਇਹਨਾਂ ਨੇ CRPS ਦੀ ਜਿਹੜੀ ਸਿਕਿਉਰਿਟੀ ਦੇਣ ਦੇ ਆਰਡਰ ਜਾਰੀ ਕੀਤੇ। ਜਦੋਂ ਪਹਿਲਾਂ ਉਹ ਕਹਿ ਰਿਹਾ ਮੈਨੂੰ ਧਮਕੀਆਂ ਦੇ ਰਹੀਆਂ, ਜਦ ਸਿਕਿਉਰਿਟੀ ਕਿਉਂ ਨਹੀਂ ਕੋਰਟ ਦੇ ਹੁਕਮਾਂ ਤੋਂ ਬਾਅਦ? ਹਾਂ ਦੀਪਕ ਜੀ, ਇਹ ਸਾਡੇ ਦੇਸ਼ ਦੀ ਇੱਕ ਤਰਾਸ ਦੀ ਆ ਵੀ ਮਤਲਬ ਕਾਨੂੰਨੀ ਲੜਾਈ ਲੜਨ ਦੀ ਬਜਾਏ ਮਤਲਬ ਜਿਹੜੇ ਜ਼ੋਰਾਵਰ ਲੋਕ ਆ ਉਹ ਕਿਤਨਾ ਕਿਤੇ ਦਬਾਉਣ ਦੀ ਕੋਸ਼ਿਸ਼ ਕਰਦੇ ਆ, ਹਾਦਸਿਆਂ ਰਾਹੀਂ ਮਾਰਨ ਦੀ ਕੋਸ਼ਿਸ਼ ਕਰਦੇ ਆ। ਮਤਲਬ ਪਤਾ ਨਹੀਂ ਲੱਗਦਾ ਜਿਹੜੇ ਸਿਆਸੀ ਆਪਸੀ ਰੰਜਿਸ਼ਬਾਜ਼ੀ ਆ, ਸਿਆਸੀ ਲੋਕ ਵੀ ਦੂਜੇ ਆਪਣੇ ਸਿਆਸੀ ਵਿਰੋਧੀ ਨੂੰ ਕਿਤੇ ਨਾ ਕਿਤੇ ਅਜਿਹੀਆਂ ਘਟਨਾਵਾਂ ਨਾਲ, ਭਾਜਪਾ ਸਰਕਾਰ ਨਾਲ, ਭਾਜਪਾ ਦੀ ਪਾਰਟੀ ਨਾਲ ਸੰਬੰਧਿਤ ਆ ਵਿਅਕਤੀ ਜਿਹਦਾ ਇਹ ਮਸਲਾ ਨਹੀਂ? ਭਾਜਪਾ ਨਾਲ ਸਿੱਧਾ ਤਾਂ ਮੇਰਾ ਖਿਆਲ ਹੈ ਨਹੀਂ ਸੰਬੰਧ, ਜਿਵੇਂ ਵੀ ਹੈ ਰਾਜਸੀ ਜਿਹੜੀ ਪਾਰਟੀ ਦੇ ਹੈਗੇ ਆ, ਯੂਪੀ ਦੀ ਇੱਕ ਪਾਰਟੀ ਜਿਹੜੀ ਸਰਕਾਰ ਆ, ਪਰ ਸਰਕਾਰ ਸਵਾਲ ਤਾਂ ਸਰਕਾਰ ਤੇ ਵਿਰੋਧੀ ਧਿਰਾਂ ਸਾਰੀਆਂ, ਖਾਸ ਕਰ ਪ੍ਰਿਯੰਕਾ ਗਾਂਧੀ ਦਾ ਬਿਆਨ ਸੀਗਾ ਕੁਛ ਕਿ ਹਾਂ ਕਿ ਯੂਪੀ ਸਰਕਾਰ ਦਾ ਚਿਹਰਾ ਸਾਹਮਣੇ ਆ ਗਿਆ ਕਿ ਉਹ ਬਚਾ ਰਹੀ ਆ। ਮੈਂ ਉਹੀ ਗੱਲ ਦੱਸ ਰਿਹਾ ਵੀ ਉਹ ਜਿਹੜੀ ਯੂਪੀ ਦੀ ਸਰਕਾਰ ਆ ਉਹ ਸਿੱਧੇ ਤੌਰ 'ਤੇ ਚਾਹੇ BJP ਦਾ ਨਹੀਂ ਹੈ, ਪਰ ਸਿੱਧੇ ਤੌਰ 'ਤੇ ਜਿਹੜੀ BJP ਦੀ ਉੱਥੇ ਲੀਡਰਸ਼ਿਪ ਆ ਬਿਲਕੁਲ ਉਹ ਇਸ ਗੱਲ ਨੂੰ ਮਤਲਬ ਮਦਦ ਕਰ ਰਹੀ ਆ ਜਾਂ ਡਰਾ ਰਹੀ ਆ। ਜਿਹੜੀ ਪਿਛਲੇ ਦਿਨਾਂ ਤੁਹਾਡੇ ਯਾਦ ਆ ਗਿਆ ਹੁਣ ਮੇਰੇ, ਹੁਣ ਯੂਪੀ ਦੇ ਜਦੋਂ ਤੁਸੀਂ ਗੱਲ ਕੀਤੀ ਜਦੋਂ ਆਪਣੇ ਪੰਜਾਬ ਦੇ ਵਿੱਚੋਂ 4 ਜਿਹੜੇ ਪੁਲਿਸ ਜਿਹੜੇ ਮੁਲਾਜ਼ਮ ਜਿਹਨੂੰ ਜੇਲ੍ਹ ਦੀ ਸਜ਼ਾ ਹੋਈ ਹੋਈ ਸੀ, ਜਿਹੜੇ 2-2.5 ਸਾਲ ਉਹਨਾਂ ਦਾ ਯੂਪੀ ਦੇ ਸੀਗੇ 3 ਬੰਦੇ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਾਰਾ ਕੁਛ ਹੋ ਰਿਹਾ। ਫਿਰ ਤਾਂ ਜਿਹੜਾ ਜਿਹੜੀਆਂ ਫਿਰਕੂ ਤਾਕਤਾਂ ਉਹ ਫਿਰ ਹੱਥ ਚੁੱਕ ਰਹੀਆਂ, ਉਹਨਾਂ ਦਾ ਹੱਥ ਆ ਜਿਹੜਾ ਅੱਗੇ ਵੱਧਦਾ ਜਾ ਰਿਹਾ। ਇਹ ਸਾਡੇ ਦੇਸ਼ ਵਾਸਤੇ ਬਹੁਤ ਹੀ ਘਾਤਕ ਵਾਲੀ ਗੱਲ ਆ। ਹੁਣ ਤਾਜ਼ਾ ਜਿਹੜੇ ਜੇ ਆਪਾਂ ਇਸੇ ਲੈਵਲ ਪੱਧਰ ਨੂੰ ਦੇਖ ਕੇ ਦੇਖੀਏ ਪਿਛਲੇ ਦਿਨਾਂ ਵਿੱਚ ਸੂਚਨਾ ਦਾ ਅਧਿਕਾਰ। ਹਾਂ ਬਿਲਕੁਲ, ਮੈਂ ਇਸੇ ਸਵਾਲ 'ਤੇ ਆਉਣ ਵਾਲਾ ਸੀ ਕਿ ਇੱਕ ਪਾਸੇ ਆ ਬਾਹਰ ਦੀਆਂ ਘਟਨਾਵਾਂ ਜਿਹ 'ਚ ਰਾਜਸ਼ਾਹੀ ਧਿਰਾਂ ਇੱਦਾਂ ਆਪਣੀ ਤਾਕਤ ਦੀ ਵਰਤੋਂ ਕਰਦੀਆਂ, ਦੂਜੇ ਪਾਸੇ ਲੋਕਾਂ ਦੇ ਹੱਕ ਖੋਣ ਲਈ ਕਾਨੂੰਨ ਤੱਕ ਬਦਲਿਆ ਜਾ ਰਿਹਾ। ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਚਾਹੇ ਸੂਚਨਾ ਵਾਲਾ ਮਸਲਾ, ਚਾਹੇ ਲੇਬਰ ਕੋਰਟ ਵਾਲੇ ਮਸਲੇ ਲੇਬਰ ਦੇ ਅਧਿਕਾਰ ਨੇ, ਚਾਹੇ ਉਹ 'ਚ ਪੱਤਰਕਾਰ ਵਾਲਾ ਮਸਲਾ ਵੀ ਨਾਲ ਜੁੜਿਆ ਸਾਡੇ ਬੇਸ ਬੋਰਡ ਵਾਲਾ, ਦੇਖੋ ਤੁਸੀਂ ਇਹ ਸਾਰੇ ਨੂੰ। ਜਿਹੜਾ ਸੂਚਨਾ ਦਾ ਅਧਿਕਾਰ ਐਕਟ ਆ
2005 ਇਹ ਜਿਹੜੀ ਆਪਣੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੀ ਉਹ ਲੁਕੇ ਤੇ ਉਹ ਇੱਕ ਬਹੁਤ ਵੱਡਾ ਮਤਲਬ ਲੋਕਾਂ ਕੋਲ ਇੱਕ ਅਧਿਕਾਰ ਸੀਗਾ ਕਿਸੇ ਵੀ ਤਰ੍ਹਾਂ ਦੀ ਕਿਸੇ ਜਾਣਕਾਰੀ ਨਾ ਸੀ, ਖਾਸ ਕਰਕੇ ਪ੍ਰੈਸ ਅਫਸਰਾਂ ਲਈ, ਪ੍ਰੈਸ ਲੀਡਰਾਂ ਲਈ ਉਹ ਇੱਕ ਬਹੁਤ ਵੱਡਾ ਹਥਿਆਰ ਲੋਕਾਂ ਦੇ ਹੱਥ ਤੇ ਉਹ ਇਲਾਕੇ ਲੋਕਾਂ ਨੇ ਜਿਹੜਾ ਭ੍ਰਿਸ਼ਟਾਚਾਰ ਆ ਉਹਨੂੰ ਨੰਗਾ ਕੀਤਾ ਜੀ ਜੀ ਤੇ ਉਹਦੇ ਵਿੱਚ ਇਹ ਧਾਰਾਂ ਕਾਫੀ ਜਿਹੜੀਆਂ ਬਦਲ ਰਹੀਆਂ ਤੇ ਉਹਦੇ ਵਿੱਚ ਇਹਨਾਂ ਨੂੰ ਪਤਾ ਨਹੀਂ ਮੈਨੂੰ ਲੱਗ ਰਿਹਾ ਵੀ ਕਿਆ ਕਾਹਦੇ ਵਾਸਤੇ ਇਹ ਅਜਿਹਾ ਕੀਤਾ ਜਾ ਕਿਉਂਕਿ ਪਹਿਲਾਂ ਹੀ ਉਹ ਕੋਈ ਨਾ ਕੋਈ ਛਿੱਬਰ ਜੀ ਪਤਾ ਨਹੀਂ ਕਿਉਂ ਮੈਂ ਦੱਸ ਦਿੰਦਾ ਕਿਉਂ ਲੱਗ ਰਿਹਾ ਉਹਦਾ ਸਿੱਧਾ ਕਾਰਨ ਇਹ ਹੈ ਕਿ ਹੁਣ ਤੱਕ ਉਹ ਸੂਚਨਾ ਰਹੀਆਂ ਸੀ ਪਿਛਲੀਆਂ ਸਰਕਾਰਾਂ ਦਾ ਹਿਸਾਬ ਲੈਂਦੇ ਸੀ ਹੁਣ ਜਿਹੜੀ ਸਰਕਾਰ 10 ਸਾਲ ਰਾਜ ਕਰਕੇ ਜਾਊਗੀ 5 ਸਾਲ ਪਹਿਲਾਂ ਕਰ ਲਏ 5 ਸਾਲ ਅਗਲੇ ਕਰਨੀ ਆ ਅਗਲੀ ਵਾਰ ਪਤਾ ਨਹੀਂ ਕਿਹਦੀ ਵਾਰੀ ਆਉਣੀ ਆ ਤਾਂ ਹੁਣ ਆਪਾਂ ਸੂਚਨਾ ਮੈਂ ਇਹਨਾਂ ਦੀ ਹੀ ਮੰਗਾਂਗੇ ਨਾ ਜਿਹੜੇ ਲੋਕ ਮੰਗਣਗੇ ਇਹਨਾਂ ਦੇ ਕਾਰੇ ਆਪਣੇ ਕਾਰੇ ਸਾਹਮਣੇ ਨਾ ਆਉਣ ਉਹਨੂੰ ਲਿਖਾਉਣ ਦੀ ਇੱਕ ਸਾਜ਼ਿਸ਼ ਲੱਗ ਰਹੀ ਹੈ ਬਿਲਕੁਲ ਦੀਪਕ ਜੀ ਮੈਂ ਇਹ ਗੱਲ ਕਹਿ ਜਿਹੜੀ ਮੈਂ ਗੱਲ ਕਹਿ ਰਿਹਾ ਸੀਗਾ ਵੀ ਇਹਨਾਂ ਨੂੰ ਕਿਉਂ ਲੱਗ ਰਿਹਾ ਕਿਉਂ ਲੱਗ ਰਿਹਾ ਦਾ ਮਤਲਬ ਇਹ ਹੈ ਵੀ ਸਰਕਾਰ ਨੂੰ ਕਿਉਂ ਇਹ ਲੱਗ ਰਿਹਾ ਵੀ ਤੁਸੀਂ ਅਸੀਂ ਇਸ ਐਕਟ ਨੂੰ ਉਹ ਵਾਪਸ ਲੈਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਜੇ ਪਿਛਲੇ ਯੂਪੀਏ ਸਰਕਾਰ ਦਾ ਵੀ ਭਾਂਡਾ ਫੋੜਿਆ ਗਿਆ ਚਲਾਏ ਫੁੱਟਿਆ ਤਾਂ ਕੱਲ੍ਹ ਇਹਨਾਂ ਦਾ ਵੀ ਫੁੱਟ ਸਕਦਾ ਕਿਤੇ ਨਾ ਕਿਤੇ ਜਿਹੜੇ ਅਧਿਕਾਰੀ ਆ ਜਾਂ ਹੋਰ ਲੋਕ ਆ ਉਹ ਸਾਰੇ ਸਕੰਜੇ ਦੇ ਵਿੱਚ ਫਸਦੇ ਰਹੇ ਨੇ ਪਰ ਇਹ ਹੌਲੀ 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 ਕਰਕੇ ਸਾਰੇ ਜਿਹੜੇ ਐਕਟ ਆ ਉਹਨਾਂ ਨੂੰ ਕਮਜ਼ੋਰ ਕਰਦੀ ਜਾ ਰਹੀ ਆ ਜਿਵੇਂ ਕਿ ਤੁਸੀਂ ਲੇਬਰ ਐਕਟ ਦੀ ਗੱਲ ਕੀਤੀ ਆ ਲੇਬਰ ਆ ਜਿਹੜੀ ਉਹਦਾ ਵੈਲਫੇਅਰ ਆ ਜਿਹੜਾ ਫੰਡ ਸੀਗਾ ਉਹਦੇ ਵਿੱਚ ਵੀ ਇਹ ਕਿਤੇ ਨਾ ਕਿਤੇ ਕਟੌਤੀ ਲਾਉਣ ਜਾ ਰਹੀ ਆ ਤੇ ਜਿਹੜਾ ਲੇਬਰ ਫੰਡ ਦੀ ਲੇਬਰ ਐਕਟ ਦੀਆਂ ਕੋਈ ਧਰਾਵਾਂ ਸੀਗੀਆਂ ਉਹਨਾਂ ਦੇ ਵਿੱਚ ਸੋਧ ਕੀਤੀ ਜਾ ਰਹੀ ਆ ਜਦੋਂ ਉਹਨਾਂ ਵਿੱਚ ਸੋਧ ਹੋ ਜਾਣੀ ਜਿਹੜਾ ਮਜ਼ਦੂਰ ਆ ਇੱਕ ਉਹਦੇ ਕੋਲ ਕੋਈ ਅਧਿਕਾਰ ਨਹੀਂ ਬਚਣਾ ਲੇਬਰ ਕੋਰਟ ਕੋਲ ਜਾਣ ਬਿਲਕੁਲ ਜਾਣ ਦਾ ਆਪਣੀ ਲੇਬਰ ਦੀ ਗੱਲ ਕਰਨ ਦੂਜੇ ਕੋਰਟ ਦੇ ਵਿੱਚ ਤਾਂ ਲੰਬੀਆਂ ਲਾਈਨਾਂ ਲੱਗਦੀਆਂ ਫਿਰ ਤੇ ਨਾਲ ਦੀ ਨਾਲ ਜਿਹੜੇ ਇਹਨਾਂ ਨੇ ਵਰਕਿੰਗ ਜਰਨਲਿਸਟ ਐਕਟ ਆ ਉਹਦੇ ਵਿੱਚ ਵੀ ਇਹ ਸੋਧ ਕਰਨ ਜਾ ਰਿਹਾ ਮਤਲਬ ਲੋਕ ਸਭਾ 'ਚ ਤਾਂ ਇਹਨਾਂ ਨੇ ਪਾਸ ਕਰ ਰਾਜਸਭਾ ਦੇ ਵਿੱਚ ਜੋੜ ਤੋੜ ਹੋ ਜਾਏਗਾ ਕਿਉਂਕਿ ਇਹਨਾਂ ਕੋਲ ਬਹੁਤ ਹੈਗਾ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਦੇਖੋ ਦੇਸ਼ ਭਰ ਦੇ ਕਿੰਨੇ ਪੱਤਰਕਾਰ ਨੇ ਕਿੰਨੇ ਲੋਕ ਨੇ ਅਦਾਰੇ ਕਿੰਨੇ ਅਦਾਰੇ ਨੇ ਵੱਡੇ ਅਦਾਰੇ ਕੋਈ ਨਹੀਂ ਬੋਲ ਰਿਹਾ ਕੋਈ ਬੋਲ ਨਹੀਂ ਰਿਹਾ ਤੇ ਦੀਪਕ ਜੀ ਇੱਕ ਗੱਲ ਇਹ ਆ ਜੇ ਤਾਂ ਪੱਤਰਕਾਰ ਨੂੰ ਤਨਖਾਹ ਸਰਕਾਰ ਨੇ ਦੇਣੀ ਹੋਵੇ ਸਰਕਾਰ ਦੀ ਜੇਬ 'ਚੋਂ ਕੁਛ ਜਾਣਾ ਹੋਵੇ ਸਰਕਾਰ ਦਾ ਕੁਛ ਪੈਸਾ ਲੱਗਦਾ ਹੋਵੇ ਫਿਰ ਤਾਂ ਸਰਕਾਰ ਉਸ ਗੱਲ ਨੂੰ ਸੋਧ ਕਰੇ ਵੀ ਸਾਡਾ ਇਹ ਨੁਕਸਾਨ ਹੋ ਰਿਹਾ ਸਰਕਾਰ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ ਪੱਤਰਕਾਰ 90% ਪ੍ਰਾਈਵੇਟ ਅਦਾਰੇ ਨੇ ਪੱਤਰਕਾਰ ਆਪਣੇ ਅਦਾਰੇ ਤੋਂ ਤਨਖਾਹ ਲੈ ਰਹੇ ਨੇ ਅਦਾਰੇ ਦੇ ਕੋਲ ਮਤਲਬ ਕੰਮ ਕਰਦੇ ਨੇ ਅਦਾਰੇ ਜਵਾਬਦੇਹ ਹੈਗਾ ਪਰ ਕਿਉਂ ਇਹ ਜਿਹੜੇ ਮਤਲਬ ਅਦਾਰੇ ਜਿਹੜੇ ਕਾਰਪੋਰੇਟ ਜਗਤ ਆ ਕਾਰਪੋਰੇਟ ਘਰਾਣੇ ਆ ਉਹ ਵੱਡੇ ਲੋਕਾਂ ਨਾਲ ਜੁੜੇ ਹੋਇਆ ਨਾਲ ਖੁਸ਼ ਕਰਨ ਲਈ ਕਿਉਂ ਪੱਤਰਕਾਰਾਂ 'ਤੇ ਕੁਲਹਾੜੀ ਚਲਾ ਰਹੇ ਜੀ ਤੁਹਾਨੂੰ ਮੈਨੂੰ ਆਜ਼ਾਦੀ ਹੋ ਸਕਦੀ ਆ ਸੱਚ ਬੋਲਣ ਦੀ ਤੁਹਾਨੂੰ ਮੈਨੂੰ ਆਪਣੀਆਂ ਅਖਬਾਰਾਂ ਦੇ ਵਿੱਚ ਆਪਣੇ ਚੈਨਲ 'ਚ ਹੋ ਸਕਦਾ ਅਧਿਕਾਰ ਹੋਵੇ ਪਰ ਬਹੁ ਗਿਣਤੀ ਭਾਰਤ ਦੇ ਇਸ ਸਮੇਂ ਜਿਹੜੇ ਚੈਨਲ ਨੇ ਖਾਸ ਕਰ ਜਿਹੜੇ ਵੱਡੇ ਰਾਸ਼ਟਰੀ ਚੈਨਲ ਨੇ ਉਹ ਅਕਸਰ ਜਾਂ ਤਾਂ ਉਹਨਾਂ ਧਿਰਾਂ ਦੇ ਨੇ ਜਿਹੜੇ ਆਪ ਸੱਤਾ 'ਚ ਬੈਠੇ ਨੇ ਜਾਂ ਉਹਨਾਂ ਦੇ ਚਾਹੁਣ ਵਾਲਿਆਂ ਦੇ ਚਹਿਤਿਆਂ ਦੇ ਨੇ ਇਸ ਲਈ ਮੈਨੂੰ ਲੱਗਦਾ ਇਹ ਉਸ ਕੜੀ 'ਚੋਂ ਨਿਕਲ ਕੇ ਆ ਰਿਹਾ ਸਾਰਾ ਕੁਛ ਕਿ ਉਹ ਚਾਹੁੰਦੇ ਨੇ ਕਿ ਸਾਡੇ ਹੱਥ ਮਜ਼ਬੂਤ ਰਹਿਣ ਕਾਰਪੋਰੇਟ ਦੇ ਹੱਥ ਮਜ਼ਬੂਤ ਰਹਿਣ ਲੋਕਾਂ ਦੇ ਵਰਕਰਾਂ ਦੇ ਹੱਥ ਕਮਜ਼ੋਰ ਕੀਤੇ ਜਾਣ ਨਹੀਂ ਦੇਖੋ ਜਿਹੜੀ ਬੀਜੇਪੀ ਸਰਕਾਰ ਆ ਸ਼ੁਰੂ ਤੋਂ ਹੀ ਬੀਜੇਪੀ ਪਰ ਇਹ ਇੱਕ ਧੱਬਾ ਲੱਗਦਾ ਰਿਹਾ ਐਲੀਗੇਸ਼ਨ ਲੱਗਦਾ ਰਿਹਾ ਦੋਸ਼ ਲੱਗਦਾ ਰਿਹਾ ਕਿ ਜਿਹੜੀ ਇਹ ਸਰਕਾਰ ਆ ਬੀਜੇਪੀ ਪਾਰਟੀ ਆ ਇਹ ਜਿਹੜੇ ਵਪਾਰੀ ਲੋਕ ਆ ਉਹਨਾਂ ਦੀ ਪਾਰਟੀ ਆ ਹੁਣ ਵੀ ਜੇ ਇਹ ਲਾਭ ਦਿੱਤਾ ਜਾ ਰਿਹਾ ਇਹ ਵਪਾਰੀ ਲੋਕਾਂ ਨੂੰ ਦਿੱਤਾ ਜਾ ਰਿਹਾ ਮੈਂ ਰਾਤ ਸੋਸ਼ਲ ਮੀਡੀਆ ਪਰ ਇੱਕ ਪੱਤਰਕਾਰਾਂ ਦਾ ਗਰੁੱਪ ਆ ਉਹ 'ਚ ਕੁਛ ਅਫਸਰ ਵੀ ਆ ਮੈਂ ਪੜ੍ਹ ਰਿਹਾ ਸੀਗਾ ਇੱਕ ਸਾਬਕਾ ਮਤਲਬ ਹਿੰਦੀ ਅਖਬਾਰ ਦੇ ਸਾਬਕਾ ਐਡੀਟਰ ਦੀ ਉਹਨੇ ਬਹੁਤ ਸਖ਼ਤ ਟਿੱਪਣੀ ਕੀਤੀ ਹੋਈ ਸੀ
ਉਹਨੇ ਕਿਹਾ ਵੀ ਜਿਹੜਾ ਗੋਦੀ ਮੀਡੀਆ ਜਿਹਨੂੰ ਲੋਕ ਕਹਿ ਰਹੇ ਤੇ ਵੀ ਗੋਦੀ ਮੀਡੀਆ ਜਿਹਦਾ ਨਾਮ ਮੋਦੀ ਨਾਲ ਜੋੜ ਕੇ ਰੱਖਿਆ ਹੋ ਕੇ ਮੋਦੀ ਮੀਡੀਆ ਮੋਦੀ ਗੋਦੀ ਜਿਹੜਾ ਗੋਦੀ ਮੀਡੀਆ ਦਾ ਜਿਹਨਾਂ ਦਾ ਨਾਮ ਲੱਗ ਜਾ ਜਿਹੜੇ ਉਹ ਕੰਮ ਕਰਦੇ ਰਹੇ ਤੇ ਅੱਜ ਉਹੀ ਜਿਹੜੇ ਉਹਨਾਂ ਦੇ ਅਖਬਾਰਾਂ ਦੇ ਐਡੀਟਰ ਨੇ ਜਿਹਨਾਂ ਨੇ ਉਹਦੇ ਵਾਸਤੇ ਕੰਮ ਕੀਤਾ ਅੱਜ ਇਹੀ ਜਿਹੜਾ ਕਾਨੂੰਨ ਜਿਹੜਾ ਹੁਣ ਪਾਸ ਹੋਇਆ ਹੁਣ ਉਹਨਾਂ ਅਖਬਾਰਾਂ ਦੇ ਐਡੀਟਰਾਂ ਲਈ ਮੁਸੀਬਤ ਅਖਬਾਰਾਂ ਦੇ ਐਡੀਟਰਾਂ ਵਾਸਤੇ ਮੁਸੀਬਤ ਬਣੂਗਾ। ਦੇਖੋ ਅਖਬਾਰ ਦੇ ਵਿੱਚ ਇਕੱਲਾ ਪੱਤਰਕਾਰ ਪਰ ਮਤਲਬ ਕਾਰਵਾਈ ਨਹੀਂ ਹੋਣੀ ਵੀ ਪੱਤਰਕਾਰ ਨੂੰ ਹੋਜੂਗੇ, ਉਸ ਅਖਬਾਰ ਦੇ ਵਿੱਚ ਜਿਹੜਾ ਪੀ ਐਨ ਆ ਜਿਹੜਾ ਸਰਕੂਲੇਸ਼ਨ ਦਾ ਕੰਮ ਕਰਦਾ, ਜਿਹੜਾ ਐਡਵਰਟਾਈਜ਼ਿੰਗ ਦਾ ਕੰਮ ਆ, ਜਿਹੜਾ ਪੱਤਰਕਾਰ ਆ, ਜਿਹੜਾ ਐਡੀਟਰ ਆ, ਜਿਹੜਾ ਨਿਊਜ਼ ਐਡੀਟਰ ਆ, ਜਾਂ ਜਿੰਨੇ ਵੀ ਆ, ਸਾਰਿਆਂ ਪਰ ਉਹਦੇ ਪਰ ਕੁਹਾੜੀ ਚੱਲਣੀ ਆ। ਦੁੱਖ ਇਸ ਗੱਲ ਦਾ ਜਿਹੜਾ ਲੇਬਰ ਐਕਟ ਦੇ ਵਿੱਚ ਜਾਂ ਇਸ ਐਕਟ ਵਿੱਚ ਸੋਧ ਕੀਤੀ ਜਾ ਰਹੀ ਆ ਦੇਵਕ ਜੀ, ਜਿਸ ਵਿਅਕਤੀ ਦੀ 15,000 ਰੁਪਏ ਤੱਕ ਜਾਂ 15,000 ਤੋਂ ਉੱਪਰ ਤਨਖਾਹ ਹੈ ਉਹ ਲੇਬਰ ਕੋਰਟ ਕੋਲ ਨਹੀਂ ਜਾ ਸਕਦਾ, ਉਹ ਸਧਾਰਨ ਕੋਰਟ ਜਾਏਗਾ, ਸਧਾਰਨ ਕੋਰਟ ਤੇ ਉੱਥੇ ਵਾਰੀ ਨਹੀਂ ਆਉਂਦੀ, ਕਿੰਨੇ 10-10 ਸਾਲ 20-20 ਸਾਲ ਤੁਹਾਡਾ ਕੇਸ ਸੁਣਿਆ ਜਾਊਗਾ ਨਹੀਂ ਸੁਣਿਆ ਜਾਊਗਾ, ਵੱਖਰੀ ਗੱਲ ਉਹ ਇੱਕ ਵੱਖਰੀ ਗੱਲ ਆ, ਕਿਉਂਕਿ ਜਿਹੜੀ ਤੁਰੰਤ ਰਿਲੀਫ ਮਿਲਣੀ ਹੁੰਦੀ ਆ ਕਿਸੇ ਨੂੰ ਕਿਤੇ ਰੋਕ ਲੱਗਣੀ ਹੁੰਦੀ ਆ, ਇਹ ਸਾਰਾ ਕੁਝ ਖਤਮ ਕਰਨ ਜਾ ਰਿਹਾ। ਇਹ ਦੇਖੋ ਸਰਕਾਰਾਂ ਆਉਂਦੀਆਂ ਰਹਿੰਦੀਆਂ, ਸਰਕਾਰਾਂ ਜਾਂਦੀਆਂ ਰਹਿੰਦੀਆਂ, ਪਰ ਤਰਾਸਦੀ ਦੀ ਗੱਲ ਆ ਕਿ ਸ਼ੁਰੂਆਤੀ ਸਰਕਾਰ ਬਣਦੀ ਸਰ ਸਾਰੇ ਬਿੱਲਾਂ ਦੇ ਵਿੱਚ ਵਾਰ-ਵਾਰ ਸੋਧ ਕਰਦੀ ਜਾ ਰਿਹਾ, ਕਿਤੇ ਨਾ ਕਿਤੇ ਕਦੇ ਇਤਿਹਾਸ ਬਦਲ ਦਿਓ, ਕਿਤਾਬਾਂ ਬਦਲ ਦਿਓ, ਸਿਲੇਬਸ 'ਚੋਂ ਚੀਜ਼ਾਂ ਹਟਾ ਦਿਓ, ਸਾਰਾ ਕੁਛ ਆਪਣੇ ਹਿਸਾਬ ਨਾਲ। ਮਤਲਬ ਬੀਜੇਪੀ ਕਿਤੇ ਇੰਦਰਾ ਗਾਂਧੀ ਦੀ ਐਮਰਜੈਂਸੀ ਵਾਲੇ ਰਾਹ ਦੇ ਵਿੱਚ ਤਾਂ ਨਹੀਂ ਚੱਲ ਰਹੀ? ਨਹੀਂ, ਇੰਦਰਾ ਗਾਂਧੀ ਨੇ ਜਿਹੜੀ ਐਮਰਜੈਂਸੀ ਲਾਈ ਤੀ ਉਹ ਘੋਸ਼ਤ ਲਾਈ ਤੀ, ਉਹਨੇ ਡਿਕਲੇਅਰ ਕੀਤੀ ਸੀਗੀ ਇਹ ਬਿਨਾਂ ਐਲਾਨੀ ਹੋਏ ਅਣਐਲਾਨੀ ਆ ਜਿਹੜੀ ਲੁਕਮੀ ਜਿਹੜੀ ਕਿ ਐਮਰਜੈਂਸੀ ਲੱਗੀ ਹੋਈ ਪਾਰਟੀ ਦੇ, ਇਹਨਾਂ ਦੇ ਬੀਜੇਪੀ ਦੇ ਅੰਦਰ ਨਹੀਂ ਬੋਲ ਰਿਹਾ, 2-4 ਅੱਗਾਂ ਨੂੰ ਛੱਡ ਕੇ ਤੇ ਬਾਹਰ ਵੀ ਨਹੀਂ ਕੋਈ ਬੋਲ ਰਿਹਾ। ਇਸ ਕਰਕੇ ਜਦੋਂ ਉਹ ਚੁੱਪ ਹੁੰਦੀ ਆ, ਜਦੋਂ ਚੁੱਪ ਹੁੰਦੀ ਆ ਇਹ ਜਵਾਨ ਫੱਟਾ ਵੱਡਾ ਜਵਾਰ ਭੱਟਾ ਬਣਦਾ, ਜਿਹੜੀ ਚੁੱਪ ਆ ਉਹ ਬਹੁਤ ਵੱਡੀ ਮਤਲਬ ਲਾਵਾ ਫੁੱਟਦਾ ਹੁੰਦਾ, ਫਿਰ ਕਿਤੇ ਨਾ ਕਿਤੇ ਵੱਡਾ ਨੁਕਸਾਨ ਹੁੰਦਾ। ਕਿਹਦਾ ਨੁਕਸਾਨ ਹੋਊਗਾ, ਸਰਕਾਰ ਦਾ ਹੁੰਦਾ ਜਾਂ ਲੋਕਾਂ ਦਾ ਹੁੰਦਾ? ਕਿਵੇਂ ਲੋਕ ਉੱਠਦੇ ਆ ਇਹ ਆਉਣ ਵਾਲਾ ਸਮਾਂ ਦੱਸੂਗਾ, ਕਿਉਂਕਿ ਲੋਕ ਤੰਗ ਬਹੁਤ ਆਇਆ, ਦੁਖੀ ਬਹੁਤ ਆਏ ਹੋਏ ਆ, ਮਤਲਬ ਅਜਿਹੀਆਂ ਜਿਹੜੀਆਂ ਘਟਨਾਵਾਂ ਫਿਰ ਲੋਕਾਂ ਵਾਸਤੇ ਹਥਿਆਰ ਚੱਕਣ ਤੋਂ ਜਾਂ ਸੜਕਾਂ 'ਤੇ ਉਤਰਨ ਤੋਂ ਬਿਨਾਂ ਚਾਰਾ ਨਹੀਂ ਬਚਦਾ। ਇਹ ਬੜਾ ਖਤਰਨਾਕ ਮੋੜ 'ਤੇ ਦੇਸ਼ ਨੂੰ ਲਿਜਾਣ ਦੀ ਕੋਸ਼ਿਸ਼ ਹੈ। ਜਿਹੋ ਜਿਹੀਆਂ ਹਰਕਤਾਂ, ਜਿਹੋ ਜਿਹੇ ਬਿੱਲ, ਜਿਹੋ ਜਿਹੇ ਕਾਨੂੰਨ, ਜਿਹੋ ਜਿਹੇ ਲੋਕਾਂ ਨੂੰ ਸ਼ੈਲਟਰ ਦੇ ਰਹੀ ਹੈ ਸੱਤਾਧਾਰੀ ਧਿਰਾਂ, ਉਹਦੇ ਨਾਲ ਇੱਕ ਖਤਰਨਾਕ ਮੋੜ ਵੱਲ ਨੂੰ ਦੇਸ਼ ਵੱਧ ਰਿਹਾ। ਆਪਣੇ ਆਪ ਚਿੰਤਾ ਦਾ ਸਵਾਲ ਹੈ ਕਿ ਐਲਾਨੀ ਐਮਰਜੈਂਸੀ ਵਰਗੀ ਸਥਿਤੀ ਪੈਦਾ ਕਰ ਦਿੱਤੀ ਗਈ ਹੈ ਦੇਸ਼ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਚਿੰਤਾ ਵਾਲੀ ਗੱਲ ਹੈ। ਪਰ ਮਸਲਾ ਅਸੀਂ ਪੰਜਾਬ ਦਾ ਵੀ ਵਿਚਾਰਾਂਗੇ, ਪੰਜਾਬ ਦੇ ਵਿੱਚ ਜਿਹੜਾ ਸੈਸ਼ਨ ਸ਼ੁਰੂ ਹੋਇਆ ਉਹਦੇ ਅੰਦਰ ਕਿਹੜੇ ਕਿਹੜੇ ਮੁੱਦੇ ਉੱਠ ਸਕਦੇ ਨੇ, ਅਤੇ ਇਸੇ ਤਰ੍ਹਾਂ ਜਿਹੜੀਆਂ ਕੁਝ ਹੋਰ ਖਬਰਾਂ ਨੇ ਉਹ ਵੀ ਕਰਾਂਗੇ ਚਰਚਾ। ਪਰ ਸਮਾਂ ਇੱਕ ਛੋਟੀ ਜਿਹੀ ਬ੍ਰੇਕ ਦਾ, ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ। ਬਿਜ਼ਨ ਪੰਜਾਬ ਟੀ ਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ। ਹਾਂ, ਅਸੀਂ ਹੁਣ ਤੱਕ ਚਰਚਾ ਕਰ ਰਹੇ ਸੀ ਕਿ ਦੇਸ਼ ਦੀ ਕੇਂਦਰ ਸਰਕਾਰ ਦੇ ਰਾਜ ਦੇ ਵਿੱਚ ਜੋ ਕੁਛ ਹੋ ਰਿਹਾ ਦੇਸ਼ ਦੇ ਅੰਦਰ, ਜਿਹੜੀਆਂ ਤਬਦੀਲੀਆਂ ਆ ਰਹੀਆਂ, ਨਵੇਂ ਬਿੱਲ, ਪੁਰਾਣੇ ਬਿੱਲਾਂ ਨੂੰ ਖਤਮ ਕਰਨਾ, ਕਮਜ਼ੋਰ ਕਰਨਾ, ਲੋਕਾਂ ਦੀ ਤਾਕਤ ਨੂੰ ਕਮਜ਼ੋਰ ਕਰਨਾ, ਇਹ ਚਿੰਤਾ ਦਾ ਸਵਾਲ ਹੈ। ਅਤੇ ਦੂਏ ਪਾਸੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕੀ ਕਰ ਰਹੀ ਹੈ,
ਇਹਦਾ ਲੇਖਾ ਜੋਖਾ ਲੈਣ ਲਈ ਸੈਸ਼ਨ ਹੁੰਦਾ। ਪੰਜਾਬ ਵਿਧਾਨ ਸਭਾ ਕਹਿਣ ਨੂੰ ਸੈਸ਼ਨ 5 ਦਿਨ ਦਾ, ਅਸਲ ਦੇ ਵਿੱਚ 2 ਦਿਨ ਦਾ ਹੀ ਹੈ। ਇੱਕ ਦਿਨ ਅੱਜ ਸ਼ਰਧਾਂਜਲੀਆਂ 'ਚ ਲੰਘ ਗਿਆ, 2 ਦਿਨ ਛੁੱਟੀਆਂ ਮਨਾ ਲੈਣੀਆਂ, 100 ਮੰਗਲਵਾਰ ਕਿੰਨੇ ਕੁ ਕੰਮ ਹੋਣਗੇ ਪਤਾ। ਇੱਥੇ ਵੀ ਫਿਰ ਧੜਾਧੜ ਬਿੱਲ ਹੀ ਪਾਸ ਕਰਨੇ ਅਖੀਰਲੇ ਦਿਨ, ਅਤੇ ਪੁੱਛਦੇ ਹਾਂ ਇਹਦੇ ਬਾਰੇ ਸ਼ਿਬਰ ਜੀ ਨੂੰ। ਸ਼ਿਬਰ ਜੀ ਅੱਜ ਸੈਸ਼ਨ ਜਾ ਕੇ ਆਏ, ਅੱਜ ਸ਼ਰਧਾਂਜਲੀਆਂ ਤੋਂ ਬਿਨਾਂ ਕੋਈ ਗੱਲਬਾਤ? ਕੋਈ ਗੱਲਬਾਤ ਨਹੀਂ, ਕਰੋੜਾਂ ਰੁਪਈਆ ਡੋਲਤਾ। ਬਿਲਕੁਲ ਡੋਲਤਾ। ਦੇਖੋ ਦੀਪਕ ਜੀ, ਕਹਿੰਦੇ ਹੁੰਦੇ ਆ ਨਾ ਵੀ ਇੱਕ ਕਹਾਵਤ ਆ ਵੀ ਜੇ ਤੁਸੀਂ ਜੰਨ ਚੜ੍ਹੇ ਨਹੀਂ, ਜੰਨ ਚੜ੍ਹਦੀ ਤਾਂ ਦੇਖੀ ਆ, ਦੇਖੀ ਆ। ਤੁਹਾਡੇ ਨਾਲ ਬਿਲਕੁਲ ਹਰਿਆਣਾ ਵਿਧਾਨ ਸਭਾ ਚੱਲ ਰਹੀ ਹੈ, ਬਿਲਕੁਲ ਉਹਨਾਂ ਦਾ ਸੈਸ਼ਨ ਵੀ ਅੱਜ ਸ਼ੁਰੂ ਹੋਇਆ, ਪੰਜਾਬ ਦਾ ਸੈਸ਼ਨ ਹੋਇਆ, ਪੰਜਾਬ ਦਾ ਸੈਸ਼ਨ ਸ਼ੁਰੂ ਹੋਇਆ। ਸ਼ਰਧਾਂਜਲੀਆਂ ਦਿੱਤੀਆਂ, 14 ਮਿੰਟ ਦੇ ਵਿੱਚ ਸੈਸ਼ਨ ਖਤਮ। 14 ਮਿੰਟ ਦੇ ਵਿੱਚ 3 ਕਰੋੜ 3.5 ਕਰੋੜ ਰੋੜਤਾ, ਮਤਲਬ ਖਤਮ। ਨਾਲ ਹਰਿਆਣਾ ਦੀ ਚੱਲ ਰਹੀ ਹੈ, ਹਰਿਆਣਾ ਨੇ ਜਿਹੜੇ ਉਹ ਸੀਗੇ ਮਤਲਬ ਵਿਛੜੀਆਂ ਰੂਹਾਂ ਤੀਆਂ, ਚਾਹੇ ਸੁਤੰਤਰ ਸੈਨਾਨੀ ਤੇ ਚਾਹੇ ਰਾਜਨੀਤਿਕ ਜਾਂ ਕੋਈ ਵੱਖ ਵੱਖ ਖੇਤਰਾਂ ਦੇ ਵੱਡੀਆਂ ਮਤਲਬ ਹਸਤੀਆਂ ਸੀਗੀਆਂ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਘੰਟੇ ਦਾ ਗੈਪ ਆਇਆ ਤੇ ਸੈਸ਼ਨ ਦੁਬਾਰਾ ਸ਼ੁਰੂ ਚਲਾ, ਪੂਰਾ ਦਿਨ ਕੰਮ ਕੀਤਾ। ਮਤਲਬ ਤੁਸੀਂ ਸਮਝ ਲਓ ਵੀ ਉਹਨਾਂ ਦਾ ਜਿਹੜਾ ਸੈਸ਼ਨ ਆ ਇੱਕ ਪੜਾਅ ਹੈ ਉਹਨਾਂ ਦਾ, ਅੱਜ ਉਹਨਾਂ ਨੇ ਪੂਰਾ ਕੰਮ ਕੀਤਾ। ਸਾਡੇ ਵਾਲਿਆਂ ਨੇ ਸਿਰਫ 2:30 ਵਜੇ ਸ਼ੁਰੂ ਕੀਤਾ, 2 ਵਜੇ ਸ਼ੁਰੂ ਕੀਤਾ, 2:14 ਤੇ 14 ਤੇ ਖਤਮ ਹੋ ਗਏ, ਖਤਮ ਕਰਤਾ। ਇਹ ਸੋਮਵਾਰ ਨੂੰ ਹੁਣ 11 ਵਜੇ ਦੁਬਾਰਾ ਸ਼ੁਰੂ ਹੋ। ਤੁਸੀਂ ਗੱਲਾਂ ਕਰ ਰਹੇ ਆ ਵੀ ਅਸੀਂ ਪੈਸਾ ਬਚਾ ਰਹੇ ਆ, ਅਸੀਂ ਧਨ ਬਚਾ ਰਹੇ ਆ, ਮੈਨੂੰ ਨਹੀਂ ਲੱਗਦਾ ਵੀ ਇਹ ਬਚਾ ਰਹੇ ਆ। ਤੁਸੀਂ ਸਮਾਂ ਵੀ ਬਚਾਓ ਨਾ, ਕਿੱਥੇ ਤੇ MLA ਮੰਤਰੀ ਗੱਡੀਆਂ ਲੈ ਕੇ ਆਏ ਆ, ਉਹ ਵੀ ਮੈਂ ਕਹ ਰਿਹਾ ਖਰਚਾ ਤਾਂ ਲੋਕਾਂ ਦਾ ਹੀ ਆ ਨਾ, ਲੋਕਾਂ ਦਾ ਖਰਚਾ ਮਿਲ ਜਾਣਾ, ਉਹਨਾਂ ਨੂੰ ਤਾਂ ਦੇਗੀ ਮਿਲ ਜਾਣੀ, ਉਹਦੀ ਉਹ ਤੇਲ ਫੂਕ ਕੇ ਆਇਆ ਤੇ ਉਹਨਾਂ ਨੂੰ ਆਉਣ ਦਾ ਪੱਤਾ ਵੀ ਮਿਲ ਜਾਣਾ, ਉਹ ਵੀ ਤਾਂ ਹੀ 3.5 ਦਿਨ ਪੱਤੇ ਮਿਲ ਜਾਣੇ, 3-3.5 ਦਿਨ ਕਰੋੜ ਹੀ ਖਰਚਾ। ਲੋਕਾਂ ਨੂੰ ਕਿਆ ਮਿਲਣਾ, ਅੱਜ ਦਾ ਦਿਨ ਗਿਆ, ਕੁਝ ਨਹੀਂ ਮਿਲਿਆ। ਤੇ ਚੰਗੀ ਗੱਲ ਇਹ ਹੁੰਦੀ ਆ ਵੀ ਤੁਸੀਂ ਗੁਆਂਢੀਆਂ ਤੇ ਸਿੱਖ ਲਓ, ਤੇ ਉਹਨਾਂ ਤੋਂ ਲੈ ਕੇ ਸਿੱਖ ਲਓ, ਕਿਉਂਕਿ ਤੁਹਾਡੇ ਕੋਲ ਬਹੁਤ ਮਸਲੇ ਨੇ, ਬਹੁਤ ਜ਼ਿਆਦਾ ਸਮੱਸਿਆਵਾਂ ਹੈ। ਘਰ ਘਰ ਰੁਜ਼ਗਾਰ ਦੀ ਗੱਲ, ਉੱਥੇ ਖੜਾ ਨਸ਼ਾ, ਉੱਥੇ ਖੜਾ ਨਸ਼ੇ, ਉੱਥੇ ਖੜੇ ਆ, ਟਰਾਂਸਪੋਰਟ ਦਾ ਮੁੱਦਾ ਉੱਥੇ ਖੜਾ, ਨਜਾਇਜ਼ ਮਹਿੰਗੀ, ਕਿਸਾਨ ਖੁਦਕੁਸ਼ੀ। ਥੋੜੇ ਦਿਨ ਪਹਿਲਾਂ ਤੁਹਾਡੇ ਸਾਹਮਣੇ ਜਗਸੀਰ ਆ ਮੁੰਡਾ, ਜਿਹਨੇ MPhil ਕੀਤੀ ਹੋਈ ਆ, ਬਿਲਕੁਲ ਟੈਟ ਕਲੀਅਰ ਕੀਤਾ, BEd ਪਤਾ ਨਹੀਂ ਕੀ ਕੀ ਕੀਤੀ ਹੋਈ ਸੀ, ਅੰਗਹੀਣ ਸੀਗਾ ਉਹ ਵਿਚਾਰਾ, ਇਸ ਦੁਨੀਆਂ ਤੋਂ ਰੁਜ਼ਗਾਰ ਨਾ ਮਿਲਣ ਰੁਖਸਤ ਹੋਇਆ। ਕੱਲਾ ਇਹ ਜਗਸੀਰ ਨਹੀਂ ਗਿਆ, ਇਹ ਕਿੰਨੇ ਲੋਕਾਂ ਨੇ ਉਹਨਾਂ ਭਾਵਨਾਵਾਂ ਜੁੜੀਆਂ, ਬਿਲਕੁਲ ਮਤਲਬ ਅਜਿਹੇ ਹੋਰ ਲੋਕ ਨੇ। ਕਲੋਜ਼ ਰਿਪੋਰਟ ਵਾਲਾ ਮਾਮਲਾ ਸਾਡੇ ਸਾਹਮਣੇ, 30,000 ਦੇ ਕਰੀਬ ਜਿਹੜੀ ਕਿ ਦੱਸ ਰਿਹਾ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਜਿਹੜੀਆਂ ਪੋਸਟਾਂ ਖਾਲੀ ਪਈਆਂ, ਜਦਕਿ 15,000 ਦੇ ਕਰੀਬ ਉਹ ਜਿਹੇ ਲੋਕ ਬੇਰੁਜ਼ਗਾਰ ਨੇ ਜਿਹਨੇ ਟੈਟ ਪਾਸ ਕਰੀ ਬੈਠੇ, ਤੇ ਉਹ ਕਦੋਂ ਉਹਨਾਂ ਨੂੰ ਰੁਜ਼ਗਾਰ ਮਿਲੂਗਾ? ਉਹ ਰੁਜ਼ਗਾਰ ਦੀ ਉਮੀਦ ਲਗਾਈ ਬੈਠੇ ਬੁੱਢੇ ਹੋਣ ਵਾਲੇ ਪਾਸੇ ਨੂੰ ਚੱਲੇ ਹੋਏ ਨੇ, ਉਹਨਾਂ ਦੀਆਂ ਉਮਰਾਂ ਬੀਤਦੀਆਂ ਜਾ ਰਹੀਆਂ ਨੇ, ਅਤੇ ਇਸੇ ਕਰਕੇ ਕਲੋਜ਼ ਰਿਪੋਰਟ ਆ ਜਿਹੜੀ ਸਭ ਤੋਂ ਵੱਡੀ ਮਾਮਲਾ ਬਣਿਆ ਹੋਇਆ। ਇੱਦਾਂ ਹੀ ਬਹੁਤ ਜ਼ਿਆਦਾ ਮੁੱਦੇ ਨੇ ਜਿਨ੍ਹਾਂ ਪਰ ਚਰਚਾ ਕੀਤੀ ਜਾ ਸਕਦੀ ਆ। ਸਮਾਂ ਬਰਬਾਦ ਕੀਤਾ ਜਾ ਰਿਹਾ, ਸਮਾਂ ਅੱਜ ਦਾ ਦਿਨ ਵਰਤਿਆ ਜਾ ਸਕਦਾ ਸੀ, ਜਾਣ ਕੇ ਸ਼ਨੀ ਐਤਵਾਰ ਤੋਂ ਬਿਨਾਂ ਪੂਰੇ ਹਫ਼ਤੇ ਲਈ ਸੈਸ਼ਨ ਰੱਖਿਆ ਜਾ ਸਕਦਾ ਸੀ, ਪਰ ਅਕਾਲੀ ਦਲ ਬਹੁਤ ਸਖਤੀ ਨਾਲ ਰੌਲਾ ਪਾ ਰਿਹਾ। ਪਰ ਚਾਹੇ ਚੀਮਾ ਜੀ ਦਾ ਬਿਆਨ ਹੋਵੇ, ਚਾਹੇ ਮਜੀਠੀਆ ਜੀ ਦਾ ਬਿਆਨ ਹੋਵੇ, ਚਾਹੇ ਸੁਖਬੀਰ ਬਾਦਲ ਦੀ ਟਿੱਪਣੀ ਹੋਵੇ, ਚਾਹੇ ਵੱਡੇ ਬਾਦਲ ਦਾ ਕੋਈ ਕਮੈਂਟ ਹੋਵੇ, ਕਿ ਦਿਨ ਵਧਾਓ ਜੀ, ਸੈਸ਼ਨ ਤਾਂ 20 ਦਿਨਾਂ ਦਾ ਹੋਣਾ ਚਾਹੀਦਾ ਜੀ। ਕਿਵੇਂ ਦੇਖ ਰਹੇ ਹੋ ਇਹ, ਉਹ ਅਕਾਲੀ ਦਲ ਜਿਹੜਾ ਆਪ 2.5 ਦਿਨ 'ਚ ਸੈਸ਼ਨ ਨਿਬੇੜਦਾ ਰਿਹਾ, ਹੁਣ ਕਹਿੰਦਾ 20 ਦਿਨ ਦਾ ਸੈਸ਼ਨ ਕਰੋ। ਦੀਪਕ ਜੀ, ਮੈਂ ਰਾਤ ਵੀ ਕਿਤੇ ਕੋਈ ਗੱਲ ਕਿਤੇ ਚਰਚਾ ਹੋ ਰਹੀ ਸੀ ਇਹ ਵੀ ਉਹ ਲੋਕ ਅੱਜ ਮੰਗ ਕਰ ਰਹੇ ਨੇ ਜਿਨ੍ਹਾਂ ਤੋਂ ਜਿਹੜੇ ਅੱਜ ਸੱਤਾ ਦੀਆਂ ਕੁਰਸੀਆਂ ਪਰ ਬੈਠੇ, ਇਹ ਮੰਗ ਕਰਦੇ ਹੁੰਦੇ ਨੇ, ਜਿਹੜੀ ਬੈਂਚ ਪਰ ਬੈਠੇ ਨੇ ਇਹ ਮੰਗ ਕਰਦੇ ਸੀ। ਉਦੋਂ ਇਹੀ ਲੋਕ ਕਹਿੰਦੇ ਤੇ ਵੀ ਸਾਡੇ ਕੋਲ ਕੋਈ ਬਿਜ਼ਨਸ ਨਹੀਂ, ਸਾਡੇ ਕੋਲ ਕੁਛ ਹੈ ਨਹੀਂ, ਵਿਰੋਧੀਆਂ ਨੇ ਤਾਂ ਰੌਲਾ ਪਾਉਣਾ ਹੈ, ਵਿਰੋਧੀਆਂ ਨੇ ਤਾਂ ਇਹ ਕਰਨਾ ਹੈ, ਵਿਰੋਧ ਜਿਹੜੇ ਘਰਾਂ 'ਚ ਕੋਈ ਨਹੀਂ ਪੁੱਛਦਾ ਉਹ ਧਰਨਾ ਦੇਣ ਆ ਜਾਂਦਾ, ਸੁਖਵੀਰ ਜੀ ਕਹਿੰਦੇ, ਮਤਲਬ ਇਹ ਗੱਲਾਂ
ਅੱਜ ਉਹੀ ਕਰ ਰਹੇ ਨੇ, ਜਦ ਪਾਸੇ ਬਦਲੇ, ਪਾਸੇ ਬਦਲੇ, ਬਿਆਨਬਾਜ਼ੀ ਉਹੀ, ਬਿਆਨਬਾਜ਼ੀ ਉਹੀ ਆ, ਚਿਹਰੇ ਬਦਲੇ, ਸਾਰਾ ਕੁਛ, ਗੱਲਾਂ ਉਹੀ ਆ, ਠੀਕ ਆ, ਇਹ ਕਰਦੇ ਨੇ। ਪਰ ਤਰਾਸ ਦੀ ਗੱਲ ਇਹ ਆ ਵੀ ਦੀਪਕ ਜੀ, ਤੁਹਾਡੇ ਯਾਦ ਹੋਣਾ ਜਿਹੜੇ ਅੱਜ ਟ੍ਰੇਜਰੀ ਬੈਂਚ ਪਰ ਬੈਠ ਕੇ ਸੱਤਾ ਦੀਆਂ ਕੁਰਸੀਆਂ ਪਰ ਬਿਰਾਜਮਾਨ ਹੋ ਕੇ 2.5 ਦਿਨ ਦੇ ਸੈਸ਼ਨ ਨੂੰ ਜਾਇਜ਼ ਦੱਸ ਰਹੇ ਨੇ, ਜਾਇਜ਼ ਦੇ ਆਨੰਦ ਲੈ ਰਹੇ ਨੇ, ਉਦੋਂ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਰਾਤਾਂ ਕੱਟੀਆਂ ਜਦੋਂ ਲਾਈਟ ਪਾਣੀ ਬੰਦ ਕਰ ਦਿੱਤੇ, ਰਾਤ ਪਾਣੀ ਫਿਰ ਉਹਨਾਂ ਨੂੰ ਭਜਾਉਣ ਵਾਸਤੇ ਜਾਂ 3 ਦਿਨ ਹੋ ਗਏ ਲਾਈਟ ਪਾਣੀ ਵੀ ਬੰਦ ਕੀਤਾ ਗਿਆ, ਪੂਰੇ ਹਾਲੇ ਕੱਟੇ ਗਏ, ਮਤਲਬ ਕਿੰਨੀ ਚਰਚਾ ਹੋਈ ਸੀ ਵੀ ਤੁਹਾਨੂੰ ਇੱਕ ਐਗਜ਼ੈਂਪਲ ਸੈੱਟ ਕਰਨ ਦੀ ਲੋੜ ਆ, ਉਦਾਹਰਨ ਸੈੱਟ ਕਰਨ ਦੀ ਲੋੜ ਆ, ਤੁਸੀਂ ਪ੍ਰੇਰਨਾ ਸਰੋਤ ਬਣੋ, ਲੋਕ ਤੁਹਾਨੂੰ ਦੇਖਣ ਵੀ ਇਹਨਾਂ ਨੇ ਇਹ ਕੀਤਾ ਸੀਗਾ, ਇਹ ਕਹਿਣ ਤੁਸੀਂ ਕਹੋ ਵੀ ਚਰਚਾ ਕਰਾਓ। ਮੈਨੂੰ ਇਹ ਲੱਗ ਰਿਹਾ ਵੀ ਸਰਕਾਰ ਕੋਲ ਦੇਖੋ, ਆਮ ਆਦਮੀ ਪਾਰਟੀ ਨੂੰ ਜੇ ਆਪਾਂ ਮਨਫੀ ਕਰ ਦਈਏ ਤਾਂ ਅਕਾਲੀ ਦਲ ਕਿਹੜੀ ਗੱਲ ਪਰ ਕਹੂੰਗਾ, ਅਕਾਲੀ ਦਲ ਕਹੂੰਗਾ ਵੀ ਅਸੀਂ ਨਸ਼ੇ ਪਰ ਬੋਲੂੰਗਾ, ਮੰਨ ਲਓ ਡਰੱਗ ਪਰ ਬੋਲੂੰਗਾ, ਤਾਂ ਡਰੱਗ ਪਰ ਉਹ 10 ਸਾਲ ਦਾ ਸਰਕਾਰ ਕੱਚਾ ਚਿੱਠਾ ਪੇਸ਼ ਕਰ ਦੇ ਵੀ ਤੁਹਾਡੇ ਕੋਲ ਆਹ ਤਾਂ, ਤੁਹਾਡੇ ਕੋਲ ਆਹ ਤਾਂ, ਠੀਕ ਅਸੀਂ ਲੱਗੇ ਹੋਏ ਆ, ਠੀਕ ਆ। ਉਹ ਤੋਂ ਬਾਅਦ ਆਜੂਗੀ ਮੈਨਿੰਗ ਦੀ, ਆਜੂਗੀ ਵੀ ਤੁਹਾਡੇ ਸਮੇਂ 35 ਕਰੋੜ ਰੁਪਏ ਦੇ ਮੈਨਿੰਗਾਂ ਬੋਲੀਆਂ ਹੋਈਆਂ, ਸਾਡੇ ਕੋਲ ਇੰਨੇ ਦੀਆਂ, ਮਤਲਬ ਜੇ ਉਹ ਬੋਲੂ ਤਾਂ ਇਹਨਾਂ ਕੋਲ ਜਵਾਬ ਹੈ, ਹਾਂ ਦੋਨਾਂ ਕੋਲ ਜਵਾਬ ਹੈਗੇ ਆ, ਤੇ ਜੇ ਮਾੜਾ ਮੋਟਾ ਕਿਤੇ ਆਪ ਵਾਲੇ ਘੇਰ ਸਕਦੇ ਆ, ਮਾੜਾ ਮੋਟਾ ਪੁੱਛ ਦੇ, ਉਹ ਦੋਨਾਂ ਨੂੰ ਘੇਰ ਲੈਂਦੇ ਆ, ਉਹ ਤਾਂ 4 ਟੁਕੜੇ ਨੇ, ਨਹੀਂ 4 ਟੁਕੜੇ, 3 ਟੁਕੜੇ, 5 ਟੁਕੜੇ ਬਾਅਦ ਦੀ ਗੱਲ ਆ ਦੀਪੀ, ਜਾਣੀ ਕਿ ਉਹ ਇਹਨਾਂ ਦੋਨਾਂ ਨੂੰ ਪੁੱਛ ਸਕਦੇ ਆ, ਕਿਉਂਕਿ ਉਹ ਜਦ ਵੀ ਕੋਈ ਗੱਲ ਹੁੰਦੀ ਆ ਉਹ ਦੋਨਾਂ ਨੂੰ ਪੁੱਛਦਾ ਵੀ ਤੁਸੀਂ ਕਿਆ ਕੀਤਾ, ਤੁਸੀਂ ਕਿਹਾ। ਇਹ ਸਾਰਾ ਰਲ ਕੇ ਮਤਲਬ ਜਿਹੜੀਆਂ ਗੇਮਾਂ ਖੇਡੀਆਂ ਜਾ ਰਹੀਆਂ, ਪੰਜਾਬ ਦੇ ਪੰਜਾਬੀਅਤ ਦੇ ਨੌਜਵਾਨਾਂ ਦੇ ਇਹਨਾਂ ਮੁੱਦਿਆਂ ਨੂੰ ਲੈ ਕੇ ਸੰਜੀਦਾ ਨਹੀਂ। ਮੰਨ ਲਓ ਹੁਣ 2 ਦਿਨ ਦਾ ਸੈਸ਼ਨ ਰਹਿ ਗਿਆ, ਕੱਲ ਨੂੰ ਕੋਈ ਸਵਾਲ ਜਵਾਬ ਹੁੰਦਾ ਉਹ ਚੁੱਪ ਬੈਠਣ, ਚੁੱਪ ਬੈਠ ਕੇ ਮੁੱਦਿਆਂ ਪਰ ਗੱਲ ਕਰਨ, ਲੋੜੇ ਨਹੀਂ ਵਾਕਆਊਟ ਕਰਨ ਦੀ, ਲੋੜੇ ਨਹੀਂ ਬਾਹਰ ਜਾਣ ਦੀ, ਸਿਰਫ ਵਾਕਆਊਟ ਕੀਤਾ ਜਾਂਦਾ, ਰੌਲਾ ਪਾਇਆ ਜਾਂਦਾ, ਇਮੇਜ ਥੱਪ ਥਪਾਇਆ ਜਾਂਦਾ, ਇਸ ਕਰਕੇ ਪਰ ਅੰਦਰ ਸਹੀ ਮਿਹਨਤ 'ਚ ਗੱਲ ਕਰਨ ਦੀ ਜ਼ਰੂਰਤ ਆ, ਜ਼ਰੂਰਤ ਹੈ ਕਿ ਜਿਰਤ ਹੈ ਕਿਸੇ ਦੇ ਵਿੱਚ, ਕਿਉਂਕਿ ਇਹਨਾਂ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਆਪਣੇ ਆਪ ਸਾਰੇ ਕਾਣੇ ਨੇ, ਅਕਾਲੀ ਦਲ ਦਾ ਆਪਣੇ ਮਸਲੇ ਨੇ, ਨਾ ਉਹ ਬੱਸ ਵਾਲੇ ਮਸਲੇ ਦੇ ਬੋਲ ਸਕਦਾ, ਨਾ ਉਹ ਰੇਤ ਮਾਫੀ ਦੇ ਬੋਲ ਸਕਦਾ, ਨਾ ਉਹ ਨਸ਼ੇ ਦੇ ਬੋਲ ਸਕਦਾ, ਨਾ ਉਹ ਬੇਦਬੀਆਂ ਦੇ ਬੋਲ ਸਕਦਾ, ਅਤੇ ਸੱਤਾਧਾਰੀ ਧਿਰ ਨੇ ਆਪ ਕੁਛ ਨਹੀਂ ਕੀਤਾ, ਉਹਦੇ ਕੋਲ ਜਵਾਬ ਦੇਣ ਲਈ ਕੁਛ ਨਹੀਂ ਹੋਊਗਾ, ਅਤੇ ਜੇ ਅਕਾਲੀ ਦਲ ਨਹੀਂ ਘੇਰ ਸਕਦਾ ਉਹਨਾਂ ਨੂੰ, ਆਮ ਆਦਮੀ ਪਾਰਟੀ ਨੂੰ ਤੁਸੀਂ ਕਿੰਨਾ ਕੁ ਦੇਖਦੇ ਹੋ, ਕਿੰਨਾ ਕੁ ਦਮ ਹੈ ਕਿ ਉਹ ਦੋਵਾਂ ਨੂੰ ਭਾਸ਼ਣ ਦੇ ਕੇ ਚੁੱਪ ਕਰ ਜਾਏਗੀ ਜਾਂ ਕੋਈ ਇਕਜੁੱਟ ਹੋ ਕੇ ਘੇਰ ਸਕਦੀ ਆ 2 ਦਿਨਾਂ, ਚਾਹੇ 2 ਦਿਨਾਂ ਦਾ ਹੀ ਸੈਸ਼ਨ ਹੈ। ਦੀਪਕ ਜੀ ਬਿਲਕੁਲ, ਦੇਖੋ ਜਿਹੜੇ ਮੁੱਦੇ ਆ ਉਹਦੇ ਪਰ ਸਰਕਾਰ ਨੂੰ ਜਵਾਬ ਤਾਂ ਦੇਣਾ ਪੈਣਾ ਹੀ ਆ, ਸਰਕਾਰ ਜਵਾਬ ਦੇਵੇ ਨਾ ਦੇਵੇ, ਮੀਡੀਆ 'ਚ ਗੱਲ ਆਊਗੀ, ਲੋਕਾਂ 'ਚ ਗੱਲ ਜਾਊਗੀ ਵੀ ਉਹਨਾਂ ਨੇ ਇਹ ਗੱਲ ਕਰੀ। ਪਰ ਜਿਹੜਾ ਅਕਾਲੀ ਦਲ ਆ, ਦੇਖੋ ਕਹਿੰਦੇ ਹੁੰਦੇ ਆ ਵੀ ਜੇ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਹਨੂੰ ਭੁੱਲਿਆ ਨਹੀਂ ਗਾਉਣ 'ਚ, ਜਾਂ ਡੁੱਲੇ ਬੇਰਾਂ ਦਾ ਜੇ ਕੁਝ ਨਹੀਂ ਵਿਗੜਿਆ, ਉਹ ਕਹਿਣ ਵੀ ਇਹ ਅਸੀਂ ਗਲਤੀਆਂ ਕੀਤੀਆਂ, ਸਾਡੀਆਂ ਗਲਤੀਆਂ ਦਾ ਹਰਜਾਨਾ ਪੰਜਾਬ ਦੇ ਲੋਕਾਂ ਨੇ ਸਾਨੂੰ ਦਿੱਤਾ, ਸਾਨੂੰ ਵਿਰੋਧੀ ਧਿਰ ਦਾ ਵੀ ਦਰਜਾ ਨਹੀਂ ਮਿਲਿਆ, ਅਸੀਂ 12-13-14 ਜਿਹੜੇ ਲੋਕ ਆ ਉਹ ਰਹਿ ਗਏ। ਕਿਆ ਹੁਣ ਕੈਪਟਨ ਸਾਹਿਬ ਜਾਂ ਮਨਪ੍ਰੀਤ ਬਾਦਲ ਜੀ ਜਾਂ ਬ੍ਰਹਮ, ਤੁਸੀਂ ਵੀ ਸਾਡੇ ਵਰਗੇ ਬਣਨਾ, ਪੁੱਛਣ ਉਹਨਾਂ ਨੂੰ, ਪੁੱਛਣ ਵੀ ਅਸੀਂ ਤਾਂ 13-14 ਰਹਿ ਗਏ ਪੰਜਾਬ ਦੇ ਲੋਕਾਂ ਦੇ, ਅਸੀਂ ਸੱਤਾ ਦੇ ਵਿੱਚ ਗਲਤੀਆਂ ਹੋ ਗਈਆਂ, ਅਸੀਂ ਹੰਕਾਰੇ ਗਏ ਜਾਂ ਕੁਛ ਵੀ ਕਹਿ ਲਓ ਵੀ ਅਸੀਂ ਸਭ ਕੁਛ ਕੀਤਾ, ਤੁਸੀਂ ਕੀ ਕੀਤਾ, ਤੁਸੀਂ ਵੀ ਸਾਡੇ ਵਾਸਤੇ ਸਾਡੇ ਵਰਗੇ ਬਣਨਾ, ਵੀ ਠੀਕ ਅਸੀਂ ਗਲਤੀਆਂ ਕੀਤੀਆਂ, ਅਸੀਂ ਸੁਧਾਰ ਰਹੇ ਹਾਂ, ਅਸੀਂ ਮੰਨਦੇ ਹਾਂ ਵੀ ਅਸੀਂ ਆਹ ਕੰਮ ਨਹੀਂ ਕਰਦੇ, ਤੁਸੀਂ ਇਹ ਵਾਅਦੇ ਕਰਕੇ ਆਏ ਤੇ, ਤੁਸੀਂ ਜਵਾਬ ਦਿਓ, ਤੁਸੀਂ ਦੱਸੋ ਵੀ ਤੁਸੀਂ ਕਹਿਤਾ ਵੀ ਅਸੀਂ ਘਰ ਘਰ ਰੁਜ਼ਗਾਰ ਦਊਂਗੇ, 2.5 ਸਾਲ 'ਚ ਦੱਸੋ ਕਿਹੜਾ ਰੁਜ਼ਗਾਰ ਦਿੱਤਾ, ਤੁਸੀਂ 4 ਹਫ਼ਤੇ 'ਚ ਨਸ਼ੇ ਦੀ ਗੱਲ ਕਰ ਦਿੱਤੇ, ਤੁਸੀਂ ਦੱਸੋ ਕਿਹੜਾ ਮੁਕਾਇਆ, ਸੰਪੂਰਨ ਕਰਜ਼ਾ ਮਾਫ਼ੀ ਦੀ ਗੱਲ ਹੋ ਗਈ, ਫਿਰ ਤੁਸੀਂ ਕਹਿੰਦੇ ਵੀ ਮੋਬਾਈਲ ਨਹੀਂ ਵੰਡੇ, ਪਤਾ ਨਹੀਂ ਤੁਸੀਂ ਕਿਆ ਕਹਿ ਕੇ, ਤੁਸੀਂ ਦੱਸੋ ਤਾਂ ਸਹੀ ਵੀ ਕਿਆ ਕਰ ਰਹੇ ਹੋ।
ਭ੍ਰਿਸ਼ਟਾਚਾਰ ਆ ਜਿਹੜਾ ਉਵੇਂ ਫੈਲਿਆ ਪਿਆ। ਮੁਲਾਜ਼ਮ ਇਹਨਾਂ ਦੇ ਆਪਣੇ ਦੁਖੀ ਆ, ਉਹ ਝੰਡਾ ਚੱਕੇ ਹਰ ਵਕਤ ਝੰਡਾ ਚੁੱਕੀ ਰੱਖਦੇ ਨੇ। ਅਫਸਰ ਸਾਹੀ ਤੋਂ ਇਹਨਾਂ ਦੇ ਪਾਰਟੀ ਦੇ ਆਗੂ ਤੋਂ ਕਿਸਾਨ ਖੁਦਕੁਸ਼ੀਆਂ ਨਹੀਂ ਰੁਕੀਆਂ, ਉਹ ਕੁਛ ਨਹੀਂ ਹੋਇਆ। ਅੱਜ ਇੱਕ ਸੁਣਨ ਦੇ ਵਿੱਚ ਆ ਰਿਹਾ ਵੀ ਇੱਕ ਇਹਨਾਂ ਦੇ ਯੂਥ ਕਾਂਗਰਸ ਦਾ ਜਿਹੜਾ ਜ਼ਿਲ੍ਹਾ ਪ੍ਰਧਾਨ ਆ, ਉਹਨੇ ਡੀਸੀ ਦੇ ਗੰਨਮੈਨ ਨੇ ਕੁਛ ਕਹਿ ਤਾ, ਉਹ ਪਾਰਟੀ ਤੋਂ ਰਿਜਾਇਨ ਦੇ ਗਿਆ। ਇੱਦਾਂ ਹੀ ਨਾਜਰ ਸਿੰਘ ਮਾਨਸ਼ਾਹੀ ਨੂੰ ਇਹਨਾਂ ਨੇ ਮਾਨਸਾ ਤੋਂ ਸ਼ਾਮਿਲ ਕਰ ਲਿਆ, ਉੱਥੇ ਦੀ ਜਿਹੜੀ ਜ਼ਿਲ੍ਹਾ ਕਾਂਗਰਸ ਦੀ ਲੀਡਰਸ਼ਿਪ ਸਾਰੀ ਬਾਗੀ ਹੋਈ ਬੈਠੀ ਆ। ਇੱਧਰ ਗੁੱਸਾ ਗਿੱਲਾ ਤਾਂ ਇੱਧਰ ਉੱਪਰਲੇ ਪਾਸੇ ਵੀ ਸੰਦੋਏ ਕਰਕੇ ਹੈਗਾ, ਕਹਿੰਦੇ ਉਹ ਸਾਰੇ ਪਾਸੇ ਚੱਲ ਰਿਹਾ ਜੀ, ਹਾਲਾਂ ਬਿਲਕੁਲ ਗੁੱਸਾ ਜਾਇਆ ਜਾ ਵਰਕਰਾਂ ਦਾ ਜੀ। ਮੈਂ ਤਾਂ ਇਹ ਕਹਿੰਦਾ ਵੀ ਸਾਰੀਆਂ ਪਾਰਟੀਆਂ ਨੂੰ ਚਾਹੀਦਾ, ਜਾਂ ਜਿਹੜੇ ਸਾਰੀਆਂ ਪਾਰਟੀਆਂ ਦੇ ਵਰਕਰ ਆ, ਮੈਂ ਆਪਾਂ ਅੱਗੇ ਵੀ ਚਰਚਾ ਕੀਤੀ ਆ, ਹੁਣ ਵੀ ਗੱਲ ਕਰਦੇ ਆ, ਸਾਰੀ ਪਾਰਟੀਆਂ ਦੇ ਜਿਹੜੇ ਥੱਲੜੇ ਪੱਧਰ ਦੇ ਵਰਕਰ ਆ, ਜ਼ਿਲ੍ਹਾ ਪੱਧਰ ਦੇ ਵਰਕਰ ਆ, ਹੋਰ ਆ, ਜਦੋਂ ਕੋਈ ਵੀ ਪਾਰਟੀ ਆ, ਚਾਹੇ ਉਹ ਕਾਂਗਰਸ ਆ, ਚਾਹੇ ਅਕਾਲੀ ਦਲ ਆ, ਚਾਹੇ ਬੀਜੇਪੀ ਆ, ਚਾਹੇ ਆਪ ਆ ਜਾਂ ਸੀਪੀਆਈ ਆ, ਜਦੋਂ ਕੋਈ ਪਾਰਟੀ ਪੈਰਾਸ਼ੂਟ ਰਾਹੀਂ ਬਾਹਰੋਂ ਬੰਦਾ ਉਤਾਰਦੀ ਆ, ਤਾਂ ਸਾਰੀ ਲੀਡਰਸ਼ਿਪ ਇਕੱਠਾ ਹੋ ਕੇ ਫੈਸਲਾ ਕਰ ਲਵੇ ਵੀ ਅਸੀਂ ਇਹਨੂੰ ਨਕਾਰਦੇ ਆ, ਅਸੀਂ ਆਪਣੇ ਸਰਬਸੰਮਤੀ ਨਾਲ ਫਲਾਣੇ ਬੰਦੇ ਨੂੰ ਉਹ ਕਰਦੇ ਆ, ਉਹ ਬੰਦਾ ਜਿੱਤੇ ਕੋਈ ਹਾਰੇ, ਸਾਰੀ ਪਾਰਟੀ ਆ ਜਿਹੜੀ ਉਸ ਬੰਦੇ ਦੇ ਨਾਲ ਚੱਲੇ, ਬਿਲਕੁਲ ਉਸ ਬੰਦੇ ਦੇ ਨਾਲ ਚੱਲੇ। ਦੂਜੀ ਜਿਹੜਾ ਪਾਰਟੀ ਦਾ ਪ੍ਰੋਗਰਾਮ ਆ ਉਹਦੇ 'ਚ ਪੂਰੀ ਤਰ੍ਹਾਂ ਉਹ ਬਾਈਕਾਟ ਕਰੇ, ਕਿਹੜੀ ਪਾਰਟੀ ਜਿੱਤੇ ਬਾਅਦ ਦੀ ਗੱਲ ਆ, ਪਰ ਪਾਰਟੀ ਨੂੰ ਆਪਣੀ ਨੂੰ ਸਭ ਕੁਛ ਸਿਖਾ ਦਿਓ ਵੀ ਜੇ ਤੁਸੀਂ ਸਾਡੇ 'ਚੋਂ ਛੱਡ ਕੇ ਪੈਰਾਸੂਟ ਨਹੀਂ ਬਾਹਰੋਂ ਬੰਦਾ ਦਊਂਗੇ ਤਾਂ ਤੁਹਾਨੂੰ ਇਹ ਸਭ ਤਾਂ ਹੁਣ ਵੀ ਸਿਖਾਉਣਾ ਪਏਗਾ, ਅੱਗੇ ਨੂੰ ਵੀ ਸਿਖਾ, ਅੱਗੇ ਨੂੰ ਸਿਖਾ ਦੇਵਾਂਗੇ। ਅਤੇ ਪਰ ਕੀ ਪੰਜਾਬ ਵਿਧਾਨ ਸਭਾ ਤੁਹਾਨੂੰ ਉਮੀਦ ਹੈ ਕਿਸੇ ਸੰਜੀਦਾ ਮੁੱਦੇ 'ਤੇ ਬਹਿਸ ਹੋ, ਕਿਹੜੇ ਦੋ ਦਿਨਾਂ 'ਚ ਕੀ ਹੋ ਸਕਦਾ, ਜਾਂ ਪਹਿਲੇ ਦਿਨ ਬਹਿਸ ਰੌਲਾ ਬਾਈਕਾਟ ਅਤੇ ਅਖੀਰਲੇ ਦਿਨ 10 ਮਿੰਟਾਂ 'ਚ ਬਿੱਲ ਪਾਸ, ਜਿਹੜੇ ਪੰਜ ਚਾਰ ਪਾਸ ਕਰਨੇ ਆ ਸਰਕਾਰ ਨੇ? ਦੇਖੋ ਜੀ, ਦੇਖੋ ਜੀ, ਦੇਖੋ ਜਿਹੜਾ ਕੱਲ੍ਹ ਦਾ ਸੋਮਵਾਰ ਨੂੰ ਹੁਣ ਹੋਣਾ, ਪਹਿਲਾਂ ਤਾਂ ਇੱਕ ਘੰਟੇ ਦਾ ਜਿਹੜੇ ਸਵਾਲ ਜਵਾਬ ਹੁੰਦੇ ਆ ਉਹਦੇ 'ਚ ਪਤਾ ਨਿਕਲ ਜਾਣਾ, ਉਹ ਤੋਂ ਬਾਅਦ ਹੁਣ ਕਿਹੜੇ ਕਿਹੜੇ ਮੁੱਦਿਆਂ ਪਰ ਸਰਕਾਰ ਬਿੱਲਾਂ ਪਰ ਪੇਸ਼ ਹੋਣਗੇ ਪਰਸੋਂ ਨੂੰ, ਜਾਂ ਕਈ ਵਾਰੀ ਉਹਦੇ 'ਚ ਬਾਈਕਾਟ ਦੇ ਵਿੱਚ ਦੂਜੇ ਰੌਲਾ ਪਾ ਜਾਂਦਾ, ਉਹਦੇ 'ਚ ਪਾਸ ਆ ਜੀ ਪਾਸ ਆ, ਕਿਉਂਕਿ ਉਹਦੇ ਵਿੱਚ ਜਿਹੜਾ ਤਰਾਸਦੀ ਇਹ ਆ, ਜਦੋਂ ਸਰਕਾਰ ਬਿੱਲ ਲੈ ਕੇ ਆਉਂਦੀ ਹੈ, ਕੋਈ ਜਿਹੜੀ ਮੌਜੂਦਾ ਧਿਰ ਹੁੰਦੀ ਆ, ਸੱਤਾ ਧਿਰ ਦੇ ਵਿਧਾਇਕ ਹੁੰਦੇ ਆ, ਉਹ ਤਾਂ ਬੋਲਦੇ ਨਹੀਂ, ਉਹ ਆਪਣੀ ਸਰਕਾਰ ਦੇ ਖਿਲਾਫ਼ ਬੋਲਦੇ ਨਹੀਂ, ਉਹ ਕਹਿੰਦੇ ਯਾਰ ਮੈਂ ਕਾਹਨੂੰ ਮਾਰਾਂ ਪੈਣਾ। ਇਸ ਵਾਰ ਉਮੀਦ ਹੈ ਕਿ ਵਿਰੋਧੀ ਧਿਰ ਕਾਂਗਰਸ ਨੂੰ ਨਾ ਘੇਰ ਸਕੇ, ਸਿੱਧੂ ਸੋਨੀ ਵਰਗੀ ਘੇਰ ਲੈਣ ਕੋਈ? ਦੇਖੋ, ਅੱਜ ਤਾਂ ਨਵਜੋਤ ਸਿੱਧੂ ਆਇਆ ਨਹੀਂ, ਵੱਡੇ ਬਾਦਲ ਸਾਹਿਬ, ਪ੍ਰਕਾਸ਼ ਸਿੰਘ ਬਾਦਲ ਨਹੀਂ ਆਏ, ਮਜੀਠੀਆ ਸਾਹਿਬ ਨਹੀਂ ਆਏ, ਜਾਂ ਜਿਹੜੇ ਇੱਕ ਦੋ ਹੋਰ ਆਗੂ ਤੇ ਉਹ ਆਏ ਨਹੀਂ, ਖੈਰਾ ਵੀ ਨਹੀਂ ਆਇਆ, ਮਤਲਬ ਬੋਲ, ਕਿਉਂਕਿ ਅੱਜ ਉਹਨਾਂ ਨੂੰ ਵੀ ਪਤਾ ਸੀਗਾ ਵੀ ਇਹ 10-15 ਮਿੰਟ ਦਾ ਫੰਕਸ਼ਨ ਹੈ, ਕਿਆ ਉਹ ਹੈਗਾ, ਕਿਉਂਕਿ ਸੋਮਵਾਰ ਨੂੰ ਲੱਗਦਾ ਵੀ ਉਹ ਆਉਣਗੇ ਤਾਂ ਬੋਲਣਗੇ ਵੀ, ਕਿਉਂਕਿ ਸੋਮਵਾਰ ਨੂੰ ਜਿਹੜੀ ਪਹਿਲੀ ਉਹ ਆ, ਮਤਲਬ 11 ਵਜੇ ਸ਼ੁਰੂ ਹੋਣਾ, 2:30 ਵਜੇ ਭਖਮਾ ਹੋਣ ਦੀ ਉਮੀਦ ਹੈ, ਭਖਮਾ ਹੋਣ ਦੀ ਪੂਰੀ ਉਮੀਦ ਆ, ਪੂਰਾ ਜਿਹੜਾ ਸੈਸ਼ਨ ਗਰਮਾ ਗਰਮ ਰਹੂਗਾ, ਸਰਕਾਰ ਨੂੰ ਉਹਦੇ 'ਚ ਜਵਾਬਦੇਹੀ ਆ ਜਿਹੜੀ ਉਹ ਦੇਣੀ ਪਊਗੀ। ਮੈਨੂੰ ਲੱਗਦਾ ਵੀ ਜਿਹੜੀ ਇਹਦੇ 'ਚ ਵਿੱਚ ਜਿਹੜਾ ਸੀਬੀਆਈ ਦੀ ਕਲੋਜਰ ਰਿਪੋਰਟ ਆ, ਬੀਜੇਪੀ ਦਾ ਮਾਮਲਾ, ਉਹ ਵੱਡਾ ਮੁੱਦਾ, ਜ਼ਰੂਰ ਵੱਡਾ ਮੁੱਦਾ ਹੋਊਗਾ, ਇਹਦੇ ਵਿੱਚ ਅਕਾਲੀ ਦਲ ਕਹੋਗੇ ਦਾ ਮਤਲਬ ਆਪਣੇ ਆਪ ਨੂੰ ਬੇਦਾਗ ਕਰਨ ਦੀ ਕੋਸ਼ਿਸ਼ ਹੋਊਗੀ ਵੀ ਸਾਡੇ ਨੂੰ ਸੀਬੀਆਈ ਨੇ ਕਲੀਨ ਚਿੱਟ ਦਿੱਤੀ ਆ, ਜਾਂ ਡੇਰਾ ਪ੍ਰੇਮੀਆਂ ਦਿੱਤੀ, ਤੁਹਾਡੇ ਕੋਲ ਕਾਂਗਰਸ ਕਹੇਗੀ ਕਿ ਤੁਸੀਂ ਆਪ ਕਰਾਈਏ, ਅਤੇ ਜਿਹੜੇ ਕਾਂਗਰਸ ਕਹੂੰਗੀ ਵੀ ਤੁਸੀਂ ਕੀਤਾ ਸੀਗਾ, ਤੁਹਾਡੀ ਉੱਪਰ ਪਹੁੰਚਿਆ ਦਿੱਲੀ ਵਾਲੀ ਸਰਕਾਰ ਆ, ਜਿਹੜਾ ਪਿੰਜਰੇ ਦਾ ਤੋਤਾ ਹੈ, ਹਾਂ, ਕਿਉਂਕਿ ਸਾਰੇ ਇੱਕ ਦੂਜੇ ਨੂੰ ਪਿੰਜਰੇ ਦਾ ਤੋਤਾ ਦੱਸਦੇ ਨਾ ਸੀਬੀਆਈ ਨੂੰ, ਜਦ ਇੱਕ ਦੂਜੇ ਦੀ ਸਰਕਾਰ ਹੁੰਦੀ ਆ ਵੀ ਉਹ ਤੁਹਾਡੇ ਹੱਕ ਦੇ ਵਿੱਚ ਜਿਵੇਂ ਤੁਸੀਂ ਬੋਲਿਆ ਉਵੇਂ ਉਹ ਹੋਊਗੀ। ਤਾਂ ਆਮ ਆਦਮੀ ਪਾਰਟੀ ਕਹੂੰਗੀ ਜਿਵੇਂ ਅੱਗੇ ਵੀ ਇਹ ਦੋਨੇ ਜਣੇ ਰਲ ਕੇ ਖੇਡ ਰਹੇ ਆ, ਉਹ ਉਹਨੂੰ ਬਚਾ ਰਿਹਾ, ਉਹ ਉਹਨੂੰ ਬਚਾ ਰਿਹਾ, ਵੀ ਜੇ ਦੇਖੋ ਗੱਲ ਪਿਛਲੇ ਸਾਲ ਜਿਹੜਾ ਸੈਸ਼ਨ ਹੋਇਆ ਸੀਗਾ ਉਦੋਂ ਇਹਨਾਂ ਨੇ ਸੀਬੀਆਈ ਤੋਂ ਕੇਸ ਵਾਪਸ ਲੈਣ ਦਾ ਉਹ ਪਾਤੀ ਸੀਗੀ, ਮੁੜ ਕੇ ਕਹਿੰਦੇ ਚਿੱਠੀਆਂ ਨਹੀਂ ਪਾਈਆਂ ਗਈਆਂ, ਜਦੋਂ ਉਹਨਾਂ ਨੂੰ ਇਹੀ ਗੱਲ ਕਹਿਤੀ, ਕੱਲ੍ਹ ਇਹਨਾਂ ਦਾ ਐਡਵੋਕੇਟ ਜਨਰਲ ਦਾ ਵੀ ਜਦੋਂ ਪ੍ਰੈਸ ਨੋਟ ਆਇਆ ਵੀ ਇਸ ਤਾਂ ਮਤਾ ਪਾਸ ਕਰਤਾ ਸੀਗਾ, ਉਹ ਭੇਜ ਸਰਕਾਰ ਉਹਦੇ ਪਰ ਦਬਾਅ ਪਾਉਂਦੀ ਵੀ ਅਸੀਂ ਜੀ ਤੂੰ ਵਿਡਰਾ ਕਰ ਲਿਆ, ਤੁਸੀਂ ਕਲੋਜਰ ਰਿਪੋਰਟ ਦੇ ਨਹੀਂ ਸਕਦੇ, ਕਿਵੇਂ ਹੋ ਰਿਹਾ, ਕਿਤੇ ਨਾ ਕਿਤੇ ਜਿਹੜਾ ਆਲਸ ਪਾਉਣਾ, ਲਾਪਰਵਾਹੀ ਆ,
ਮਤਲਬ ਉਹ ਕਿਤਨਾ ਕਿਤੇ ਜਾ ਕੇ ਭਾਰੂ ਪੈਂਦੀ ਜਾ ਰਹੀ ਆ, ਪੰਜਾਬ ਦੇ ਲੋਕਾਂ ਪਰ ਭਾਰੂ ਪੈ ਰਹੀ ਆ, ਪੰਜਾਬ ਦੇ ਲੋਕਾਂ ਦਾ ਨੁਕਸਾਨ ਪੰਜਾਬ ਦਾ ਬਿਲਕੁਲ। ਵੱਡੀ ਚਿੰਤਾ ਇਹੋ ਆ ਕਿ ਚਾਹੇ ਕੇਂਦਰ ਸਰਕਾਰ ਹੋਵੇ ਆਪਣੇ ਬਿਲਾ ਰਾਹੀਂ ਦੇਸ਼ ਵਾਸੀਆਂ ਦਾ ਨੁਕਸਾਨ ਕਰ ਰਹੀ ਹੈ। ਇਹੋ ਜਿਹੀ ਚਿੰਤਾ ਇਸ ਵਾਰ ਵੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਇੱਕ ਦਿਨ ਦਿਹਾੜੀ ਦੇ ਕਹਿੰਦੇ 14 ਮਿੰਟ ਦੇ 3-3.5 ਕਰੋੜ ਰੁਪਈਏ ਰੋਡ 'ਤੇ ਪੰਜਾਬੀਆਂ ਦੇ, ਅਤੇ ਕੰਮ ਕੋਈ ਨਹੀਂ ਕੀਤਾ ਕਿ ਪੂਰਾ ਦਿਨ ਕੰਮ ਨਹੀਂ ਕਰ ਸਕਦੇ ਸੀ, ਇਹ ਆਪਣੇ ਆਪ ਸਵਾਲ ਹੈ। ਅਤੇ ਆਉਂਦੇ 2 ਦਿਨਾਂ 'ਚ ਜਿਹੜਾ ਸੈਸ਼ਨ ਚੱਲਣਾ ਉਹ 'ਚ ਵੀ ਲੋਕਾਂ ਨੂੰ ਬਾਹਲੀ ਆਸ ਨਹੀਂ ਹੈ। ਜਦੋਂ ਮਾਹਰ ਮਹਿਮਾਨ ਸਾਡੇ ਚਿੰਤਾ ਇਸ ਗੱਲ ਨੂੰ ਲੈ ਕੇ ਚਿੰਤਾ ਨੇ ਕਿ ਉੱਥੇ ਸਿਰਫ ਬਹਿਸ ਹੋਏਗੀ, ਤਕਰਾਰ ਹੋਏਗੀ, ਬਾਈਕਾਟ 'ਤੇ ਫੋਟੋਆਂ ਹੋਣਗੀਆਂ, ਪਰ ਉਮੀਦ ਕਰਾਂਗੇ ਕਿ ਸਰਕਾਰ ਅਤੇ ਵਿਰੋਧੀ ਧਿਰਾਂ ਨੂੰ ਕੁਝ ਸਮਝ ਆਵੇ, ਉਹ ਕੁਝ ਪੰਜਾਬ ਲਈ ਕਰ ਜਾਣ। ਦੇਖਦੇ ਹਾਂ ਸੈਸ਼ਨ ਜੋ ਹੋਏਗਾ ਜਾਂ ਕੋਈ ਹੋਰ ਨਵਾਂ ਮੁੱਦਾ ਹੋਏਗਾ, ਨਵੇਂ ਵਿਸ਼ੇ 'ਤੇ ਫਿਰ ਕਰਾਂਗੇ ਚਰਚਾ, ਨਵੇਂ ਮਹਿਮਾਨ ਨਾਲ ਫਿਰ ਕਰਾਂਗੇ ਗੱਲਬਾਤ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।